ਪੰਜਾਬੀ ਸੀ ਕਮਰਾ ਮੁੰਡੇ ਅਤੇ ਇੱਕ ਅਸੀਂ ਕਹਿੰਦੇ ਕਿ ਉੱਥੇ ਗੰਢੇ ਪਏ ਆ ਕੱਢ ਲਿਓ ਵੀ ਆਪਾਂ ਚੀਰ ਕੇ ਅਤੇ ਵੀ ਤੜਕਾ ਲਾਉਂਦੇ ਹਾਂ ਉਹ ਜਦੋਂ ਅਸੀਂ ਗੰਢੇ ਕੱਢਣੇ ਗਏ ਮੁੰਡਾ ਜਿਹੜਾ ਉਹਨੇ ਥੱਲੇ ਵੇਖਿਆ ਥੱਲੇ ਪਾਸਪੋਰਟ ਪਏ ਜੀ ਘੱਟੋ ਘੱਟ ਵੀ ਇੱਕ ਬਾਲਟੀ ਪਾਸਪੋਰਟਾਂ ਦੀ ਹੋ ਅਤੇ ਜਿਹਨਾਂ ਦੇ ਉੱਤੇ ਗੰਢੇ ਤਾਂ ਸਿੱਟੇ ਸੀ ਵੀ ਉਹ ਗਲ ਸੜ ਗਏ ਰਸਤੇ ਦੇ ਵਿੱਚ ਵੀਅਤਨਾਮ ਦੇ ਸਾਨੂੰ ਗਰੁੱਪ ਮਿਲਿਆ ਉਹ ਕੁੜੀ ਤੋਂ ਤੁਰਿਆ ਨਹੀਂ ਸੀ ਜਾਂਦਾ ਅਤੇ ਹਾਂਜੀ ਵੀਅਤਨਾਮ ਵਾਲੇ ਗਰੁੱਪ 'ਚ ਕੁੜੀਆਂ ਵੀ ਸੀ ਅਤੇ ਉਹ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਨੇ ਵੀਅਤਨਾਮ ਵਾਲੇ ਜਿਹੜੇ ਉਹਨਾਂ ਦੇ ਨਾਲ ਦੇ ਗਰੁੱਪ ਵਾਲੇ ਸਾਨੂੰ ਪੁੱਛਿਆ ਵੀ ਤੁਸੀਂ ਇਹਨੂੰ ਲੈ ਕੇ ਜਾਣਾ ਉਹ ਬਾਅਦ 'ਚ ਉਹਨਾਂ ਨੇ ਨਾਲ ਦੇ ਨੇ ਸਿਰ ਮਾਰਿਆ ਉਹਨਾਂ ਨੇ ਫਿਰ ਪਰਾਂ ਸਾਈਡ 'ਤੇ ਲਿਜਾ ਕੇ ਇੱਕ ਖਾਈ ਦੇ ਵਿੱਚ ਲਿਜਾ ਕੇ ਫਾਇਰ ਕਰਿਆ ਪਿਸਟਲ ਨਾਲ ਅਤੇ ਮਾਰ ਕੇ ਦਿੱਤੀ ਸਰ ਜਦੋਂ ਉੱਥੇ ਜਾ ਰਹੇ ਸੀ ਜੰਗਲਾਂ ਵਿੱਚ ਜੀ ਅਤੇ ਇੱਕ ਨਾ ਸੇਬ ਦਾ ਦਰਖਤ ਆਇਆ ਤਾਂ ਉਹ ਸਾਨੂੰ ਪਤਾ ਲੱਗਣ ਲੱਗ ਪਿਆ ਸੀਗਾ ਵੀ ਆਹ ਸੇਬ ਦਾ ਹੈ ਆਹ ਫਲਾਣੀ ਚੀਜ਼ ਦਾ ਅਸੀਂ ਉੱਥੇ ਗਏ ਅਤੇ ਜਦੋਂ ਉੱਥੇ ਵੇਖਿਆ ਤਾਂ ਵੀ ਉਹ ਅਸੀਂ ਫਰੋਲਦੇ ਸੀਗੇ ਸੇਬ ਵਾਸਤੇ ਬਰਫ਼ ਅਤੇ ਇੱਕ ਬੰਦੇ ਦੇ ਸਾਨੂੰ ਬੂਟ ਦਿਸੇ ਉਹ ਜਿਵੇਂ ਜਿਵੇਂ ਅਸੀਂ ਬਰਫ਼ ਹਟਾਈ ਗਏ ਅਤੇ ਬੰਦਾ ਮੁੱਢ ਦੇ ਨਾਲ ਬੈਠਾ ਸੀ ਉੱਤੇ ਬਰਫ਼ ਪਈ 3-3 ਫੁੱਟ ਬਰਫ਼ ਸੀਗੀ ਉਹ ਬੰਦਾ ਡੈਡ ਸੀ ਅਸੀਂ ਫਿਰ ਉਹਦੀ ਜਦੋਂ ਤਲਾਸ਼ੀ ਲਈ ਵੀ ਇਹਦੇ ਕੋਲ ਕੁਛ ਨਿਕਲ ਆ ਗਈ ਉਹਦੇ ਸਾਨੂੰ ਸਿਰਫ ਕੜੇ ਤੋਂ ਪਤਾ ਲੱਗਿਆ ਵੀ ਆਪਣਾ ਪੰਜਾਬੀ ਹੈ ਅਸੀਂ ਜੋ ਸੀਗਾ ਸਾਡੇ ਕੋਲ ਅਸੀਂ ਉਹ ਵੀ ਸਿੱਟਤਾ ਵੀ ਜੋ ਸੇਬ ਲੱਭੇ ਜੀ ਨਹੀਂ ਕਰਦਾ ਸੀਗਾ ਵੀ ਕੁਛ ਖਾਣ ਨੂੰ ਵੀ ਕਿਉਂਕਿ ਜਦੋਂ ਮੌਤ ਹੀ ਵੇਖ ਲਈ ਸੀ ਜਦੋਂ ਸਲਵਾਗ 'ਚ ਐਂਟਰ ਹੋਣਾ ਸੀ ਅਸੀਂ 12 ਦਿਨ ਭੁੱਖੇ ਰਹੇ ਸਾਰੇ ਕਿਸੇ ਨੇ ਸਿਰਫ ਇੱਕ ਪਾਣੀ ਸਾਡੇ ਕੋਲ ਸੀਗਾ ਹੋਰ ਸਾਡੇ ਕੋਲ ਕੁਛ ਨਹੀਂ ਸੀ ਕਈ ਮਾਵਾਂ ਅੱਜ ਵੀ ਉਡੀਕਦੀਆਂ ਹੋਣਗੀਆਂ ਪੁੱਤਾਂ ਨੂੰ ਹਨਾ ਪਰ ਉਹਨਾਂ ਮਾਵਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਤੁਸੀਂ ਵੇਖੇ ਹੋਣਗੇ ਉਸ ਮਾਵਾਂ ਨੂੰ ਕਦੇ ਲਾਲ ਲੱਭਣੀ ਨਹੀਂ ਆ ਘਰ ਗੱਲ ਹੋਈ ਆ ਉਦਣ ਘਰ ਤੁਸੀਂ ਕਹਿੰਦੇ ਘਰ ਦਿੰਦੇ ਕੀ ਨਹੀਂ ਕੀਤਾ ਉਹ ਕਿਵੇਂ ਸੀਗਾ ਪਲ ਰਿਸ਼ਤੇਦਾਰ ਆ ਉਹਦੇ ਪੋਤੇ ਦਾ ਕੀ ਨਾਂ ਹੈ ਮੈਂ ਫਿਰ ਜਦੋਂ ਚਲੋ ਪਿਓ ਪੁੱਤਾਂ ਦੀਆਂ 100 ਗੱਲਾਂ ਬਾਤਾਂ ਹੁੰਦੀਆਂ ਮੈਂ ਫਿਰ ਜਦੋਂ ਬਾਬਾ ਨੂੰ ਕੋਈ ਆਪਦੀ ਅਸੀਂ ਪਿਓ ਪੁੱਤਾਂ ਦੀ ਆਪਸ 'ਚ ਗੱਲਬਾਤ ਜੋ ਹੁੰਦੀ ਜਦੋਂ ਦੱਸੀ ਫਿਰ ਕਹਿੰਦੇ ਹੋਏ ਪਹੁੰਚ ਗਈਆਂ ਹੋਈ ਇੱਕ ਕਮਰੇ ਦੇ ਵਿੱਚ ਹੀ 60-65 ਜਾਣੇ ਤੁਸੀਂ ਉਦੋਂ ਨਹਾਈ ਵੀ ਨਹੀਂ ਇੱਦਾਂ ਹੀ 1 ਮਹੀਨਾ 18 ਦਿਨਾਂ ਤੋਂ ਨਹਾਤੇ ਸੀ ਜਰਮਨ ਜਾ ਕੇ ਟ੍ਰੇਨ ਦੇ ਜਿਹੜਾ ਸੈਂਟਰ ਹੁੰਦਾ ਜਿੱਥੇ ਟ੍ਰੇਨ ਹੈ ਚੇਂਜ ਹੁੰਦੀ ਹੈ ਉੱਥੇ ਜਿਹੜੀਆਂ ਚੇਨਾਂ ਹੁੰਦੀਆਂ ਸਾਨੂੰ ਉਹਦੇ ਉੱਤੇ ਖਿਲਾਰਿਆ ਸਕਰਿਊ ਸੀ ਖੋਲ੍ਹ ਕੇ ਉਹਦੇ ਵਿੱਚ ਖਿਲਾਰ ਕੇ ਫਿਰ ਸਕਰੂ ਲਾ ਤੇ ਸਾਨੂੰ ਸਾਰੀ ਰਾਤ ਸਾਰਾ ਦਿਨ ਰਾਤ ਨੂੰ ਚੱਲਣੀ ਸੀ ਟ੍ਰੇਨ ਪਹਿਲਾਂ ਰਾਤ ਨੂੰ ਤਾਂ ਲਿਜਾ ਕੇ ਉਹਨਾਂ ਨੇ ਖਿਲਾਰਿਆ ਸਾਰਾ ਦਿਨ ਟ੍ਰੇਨ ਦੇ ਵਿੱਚ ਖੜ੍ਹੇ ਰਹੇ ਭੁੱਖੇ ਪਾਣੀ ਵਿੱਚ ਟੇਢੇ ਹੋ ਜਾਂਦੇ ਸੀ ਟ੍ਰੇਨ ਦੇ ਨਾਲ ਹੀ ਉੱਥੇ ਅਸੀਂ ਖੜ੍ਹੇ ਰਹੇ ਜਦੋਂ ਉੱਥੇ ਖਿਲਾਰਿਆ ਸ਼ਾਮ ਨੂੰ ਸਾਨੂੰ ਦੁਬਾਰਾ ਖੋਲ੍ਹਿਆ ਉਦੋਂ ਇਹ ਤਾਂ ਪਤਾ ਲੱਗਦਾ ਸੀ ਕਿ ਵੀ ਗੱਡੀ ਚੱਲੀ ਨਹੀਂ ਜਦੋਂ ਸਾਨੂੰ ਖੋਲ੍ਹਿਆ ਅਤੇ ਸਾਨੂੰ ਕੋਈ ਸਮਝ ਨਾ ਮਾਫੀਆ ਲਈ ਸੀਗੇ ਸਾਨੂੰ ਵਾਪਸ ਲਿਆਂਦਾ ਕੁੱਟਮਾਰੀ ਬਹੁਤ ਪੈਂਦੀ ਆ ਕੁੱਟਦੇ ਵੀ ਬਹੁਤ ਹੈਗੇ ਆ ਕਿ ਤੁਹਾਡੇ ਨਾਲ ਵੀ ਤੁਹਾਨੂੰ ਵੀ ਕਦੇ ਹੋਇਆ ਕਿ ਤੁਹਾਨੂੰ ਵੀ ਕੁੱਟ ਪਈ ਇੱਦਾਂ ਕਰੀ ਹਾਂਜੀ ਕੁੱਟ ਸਾਰਿਆਂ ਨੂੰ ਹੀ ਪੈਂਦੀ ਸੀ ਤਾਂ ਪਿੰਡ ਦੇ ਵਿੱਚ ਵੀ ਇਹੋ ਜਿਹੀਆਂ ਉਦੋਂ ਹੋਣ ਲੱਗ ਪਈਆਂ ਸੀ ਲੈ ਵੀ ਲੰਬੜ ਤਰ੍ਹਾਂ ਪਤਾ ਨਹੀਂ ਜਿਉਂਦਾ ਕਿ ਕਿਵੇਂ ਹੈ ਵੀ ਆਪਾਂ ਭੋ ਪਾਠ ਪੂਠ ਕਰਾ ਦਈਏ ਜਾਂ ਕਿਵੇਂ ਹਾਂਜੀ ਵੀ ਟਾਈਮ ਇਹੋ ਜਿਹੇ ਵੀ ਘਰਦੇ ਆਏ ਹੈ ਪਰ ਚਲੋ ਜਿਵੇਂ ਵੀ ਇੱਕ ਆਸ ਉਮੀਦ 'ਤੇ ਜਿਵੇਂ ਹੁਣ ਕਈ ਬੰਦੇ ਰਾਹ 'ਚ ਵੇਖੇ ਆ ਵੀ ਡੈੱਡ ਹੋਏ ਵੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਵੇਂ ਉਮੀਦਾਂ ਹੈ ਪਰ ਉਹ ਤਾਂ ਜੋ ਉਹਨਾਂ 'ਤੇ ਨਿਬੜੀ ਅਤੇ ਜਾਂ ਜੋ ਜਿੰਨਾ ਕੁ ਅਸੀਂ ਵੇਖਿਆ ਉਹਦੀਆਂ ਉਂਗਲਾਂ ਗਲ ਗਈਆਂ ਪੈਰ ਦੀਆਂ ਜਦੋਂ ਚੱਲਿਆ ਕਰੇ ਤਾਂ ਉਂਗਲਾਂ ਤੁਰਿਆ ਨਾ ਜਾਇਆ ਕਰੇ ਤਾਂ ਰੋਵੇ ਜੰਗਲ ਦੇ ਵਿੱਚੋਂ ਡੰਡੇ ਲੱਭੇ ਉਹਨਾਂ ਨੂੰ ਆਹ ਬਿਲਕੁਲ ਟਾਣੀਆਂ ਹੀ ਨਾਲ ਬੰਨਿਆ ਬੰਨ ਕੇ ਅਤੇ ਉਹਦੇ ਇੱਥੋਂ ਪਾਇਆ ਦੋਨਾਂ ਪਾਸੇ ਦੋ ਅੱਗੇ ਦੋ ਪਿੱਛੇ ਅਸੀਂ ਉਸ ਬੰਦੇ ਨੂੰ ਚੱਕ ਕੇ ਇੱਕ ਹਫ਼ਤਾ ਲਈ ਫਿਰਦੇ ਰਹੇ ਉਹਨੂੰ ਅਸੀਂ ਇਹ ਕਿਹਾ ਵੀ ਤੂੰ ਪੈਰ ਥੱਲੇ ਲਾ ਰੱਖਣੇ ਹੈ ਅਤੇ ਤੂੰ ਵੀ ਚੱਕ ਕੇ ਧਰਨੇ ਨਹੀਂ ਗੇ ਅਤੇ ਮੈਂ ਬਾਜ਼ਾਰ ਵਿੱਚ ਤੁਰਿਆ ਮੈਂ ਉਹਦੇ ਕੰਮ ਨੂੰ ਜਾ ਰਿਹਾ ਸੀ ਉਹਨੇ ਪਿੱਛੋਂ ਮੈਨੂੰ ਇੱਕ ਆਵਾਜ਼ ਮਾਰੀ ਮਾੜੀ ਜੀ ਵੀ ਜਿਵੇਂ ਮੰਨ ਲਓ ਬੰਦਾ ਵੈਸੇ ਤਾਂ ਉੱਥੇ ਬਹੁਤ ਛੇਤੀ ਨਹੀਂ ਪਰ ਉਹਨੇ ਕਿਹਾ ਬਰਾੜ ਹੋਏ ਜਦੋਂ ਬੰਦਾ ਬੰਦੇ ਦਾ ਨਾਂ ਸੁਣਦਾ ਅਤੇ ਮੈਂ ਜੀ ਪਿੱਛੇ ਮੁੜ ਕੇ ਵੇਖਿਆ ਤੂੰ ਹੋਏ ਮੈਡਮ ਕਸਮ ਨਾਲ ਦੋਵੇਂ ਐਂ ਰੋਏ ਵੀ ਜਿਵੇਂ ਦੋ ਭਰਾ ਮਰੇ ਵੀ ਮਰ ਕੇ ਦੁਬਾਰਾ ਜਿਉਂਦੇ ਹੋ ਕੇ ਵਿਛੜੇ ਮਿਲੇ ਹੋਣ ਆਪ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਅੱਜ ਦੇ ਸਮੇਂ ਦੀ ਅਸੀਂ ਗੱਲ ਕਰੀਏ ਤਾਂ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਵਿਦੇਸ਼ ਚਲੇ ਜਾਈਏ ਪੰਜਾਬ ਦੀ ਧਰਤੀ 'ਤੇ ਜਾਂ ਕਿਸੇ ਹੋਰ ਸੂਬੇ ਦੀ ਗੱਲ ਕਰੀਏ ਤਾਂ ਹਰ ਕਿਸੇ ਦੇ ਅੱਖਾਂ 'ਚ ਇੱਕ ਸੁਪਨਾ ਹੁੰਦਾ ਹੈ ਕਿ ਸਾਡਾ ਬੱਚਾ ਜਿਹੜਾ ਬਾਹਰ ਜਾਵੇ ਸੈੱਟ ਹੋ ਜਾਵੇ ਕਿਉਂਕਿ ਇੱਥੇ ਸਾਨੂੰ ਰੁਜ਼ਗਾਰ ਨਹੀਂ ਮਿਲਦਾ ਹੈਗਾ
पुराने समय वाल थोड़ी जी 10 साल जो पिछे चल जाइए तो उदों भी यही हालात सीगे कि घर दियाँ मजबूरियां बंदियां नूं बड़ा मार दिंदियां सी। माँ बाप चाहते सी कि जे 4 किले है गया तो किला वेच भी दईए तो अपने पुत नूं बाहर भेज दीए फिर सारा टब्बर ही सैट हो जाएंगे। फिर ओह दौर चलदा 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 अज का दौर आ गया तो अज भी लोग 2 राह चुनते हैं बाहर जाने के, एक तो 1-way हुंदा है तो एक 2 नंबर का हुंदा है। तो कई हुंदे है कि जिन्हां नूं लगता कि असीं पैसे भी देवांगे पर वो एजेंटां दी ठगी का शिकार हो जाते हैं, ऐसे धोखे का शिकार हो जाते हैं कि उन्होंने मौत नूं भी करीब देखा हुंदा है, कईयां नूं मौत गले भी ला लैंदी है। तो एक ऐसी कहानी अज असीं तुहाडे ताईं लैके आए हाँ उस नौजवान की जिसने जंगलों के कई महीने कई रातां कटियां एक विदेशी धरती ते फिर सफ़र किवें कीता गया, किस तरीके वो मौत दे मूँह तो निकल के वापस वतन परते ने, वो कहानी शुरू कित्थे हुंदी है स्वरणजीत सिंह होना दी जो कि सिरसा दे जिला सिरसा दे पिंड दमदमा दे रहन वाले ने। तो कहानी उन्होंने जुबानी सुनने के लिए पहुंचे हुए उन्होंने कोल सब तो पहला प्रो पंजाब जी स्वागत करांगे। सत श्री अकाल जी, स्वागत है सारे नु, सत श्री अकाल प्रो पंजाब देखने वाले नु। ठीक ठाक हो आप जी? चढ़दी कला चढ़दी कला वधिया जी, ठीक ठाक। तो स्वरणजीत विदेश जाण दा सुपना किवें दिखदा है तो फिर ये सफर किवें शुरू हुंदा है? मैडम जी उस टाइम दे विच फसलां दा कोई इन्ना है नहीं सी ते जिस करके ना कोई नौकरी दा सी, कोई इस तरह लग रहा सी भी आपां बाहर चलीए विदेश च। एक नंबर च भी ट्राई करिया नहीं बनिया, फिर असी 2 नंबर सानू यूज करना पिया। कि मैं सी एक मेरा होर फ्रेंड सी पिंडों ही, वो मेरे नालों महीना पहला जांदा रहा, मैं उस तो बाद दे विच असी फिर दोनों ने एक एजेंट दे राही गलबात करके वो पहला चला गया मैं बाद च गया। फिर इस तरह ही असी फिर धक्के खांदे खोए विदेश पहुँचे। धक्के खाते हुए है ना, असीं कहानी सारी सुननी है कि कदों इत्थों चलते हो, एक लीगल तौर पर पहले तेरे को पेपर वीज़ा हुंदा है, फिर वो एयरपोर्ट तो किहड़े एयरपोर्ट तो थोड़ी जी फ्लाइट हुंदी है? असीं 16 नवंबर 2000 दे विच दिल्ली एयरपोर्ट तो मास्को दी साड़ी फ्लाइट सी, एरोफ्लोट एयरलाइन सी। तो उस ते साड़ी इत्थों जदों असीं फ्लाई करके एक तरक्की का जहाज लैके भी असीं उत्थे जाके एवें करांगे, पर वो जदों मास्को उतरे उत्थे जाके कई कुछ बदल गया जिहड़े कि सानूं कदी सुपना भी नहीं सीगा भी एवें होऊगा। उदों सानूं एजेंट ने यही गल दसी सी भी तुहानूं इत्थों मास्को लैके जाऊँगा, पेपर वीजा सी। उस तो बाद जदों मास्को चले गए, मास्को जाके भी तुहानूं उत्थों वीजा लैके देवांगे, वो तुहाडी जर्मन की फ्लाइट करा देंगे। असीं इस हिसाब नाल ही भी गए तो उत्थे जाके जदों पहुँचे तो सानूं नहीं सी, कहिंदे किवें जाना जी, जिहड़े मुंडे साडे नालों पहलां बैठे सी उन्होंने फिर सानूं दस्सिया भी एवें करके भी डौंकी लाउणी आ। असीं आखिया भी डौंकी सानूं तां पता ही नहीं, असीं चुप करके ना ही उन्होंने कोई ज़्यादा गलबात, पहला दिन सी। फिर 2 रातां रहे, तीसरी रात जदों असीं उत्थों कमरे चों निकले सानूं माफ़ी वाले सीगे एजेंट पंजाबी सी कमरे दे विच, पर उत्थे आया माफ़ी वाले बंदे सीगे, गड्डियां थले खड़ियां सी, सानूं एक वैन दे विच असीं 17-18 जाने सी, सानू वह नाल लैके तो फिर रवाना हो गए उतों जड़े। फिर उतो जो अं तुरन लगे हैं तो सानू एक बंदे ने जरा कमरे के सा कोई सीनरी लाओ वो तुरन लगे सू उन्हें एक गल कही, कहता भी जोड़े कपड़े पाने हूँ पा लो। असी इतों बैग भर भर के लैके गए सी, पर जो इन्नी गल की असी आख्या हराज बदलोंगे नहावे भी रोज़ नहाने, पर उस दिन नहीं सूँ महसूस हुई, पर यह जरूर सगा भी थले एक इनर पाया सी उत्ते पेंट पा ली। पर जो राह जिमें जिमें हालात होंगे गए बाद कपड़िया तो सानू कोई पता ही नहीं सीगा भी आ चीज़ा भी कभी नहाई दा भी है। पर फिर असी उतों 3 रातों तो बाद जो अं जंगल पहुँचे, जंगल से सानू वो एक सारी रात दे एक जंगल छड़ के चले गए। दूसरी रात फिर उत्थे 19 नवंबर की शायद गल है भी उदों ना गड्डिया तो आई दो, उन्होंने सानू 17-18 जन 2 गड्डिया चढ़ा लिया, किसी 3 जन डिग्गी च पा लिया, 5 पिछे 3 अगे जिमें जिमें भी सैटिंग हुई वो सानू नाल ले जाके तो उन्होंने कमरिया के फिर लै गए एक जिमें खेतों के अपने बने होंगे है। असी उत्थे जाके फिर आप बह गए जी कि चलो, फिर सानू कोई पता नहीं भी असी किधर जाना है, सानू कौन लेके जा रहा है, साडा कौन है, कुछ नहीं, क्योंकि सानू उदों 1 नवंबर का महीना सी, बर्फ 3-3 फुट बर्फ सी,
ਅਤੇ ਜਿੱਧਰ ਨੂੰ ਟੱਪਦੇ ਸੀ ਥੋੜ੍ਹੇ ਚਿਰ ਬਾਅਦ ਸਾਡੇ ਪੈਰਾਂ ਦੇ ਨਿਸ਼ਾਨ ਵੀ ਮਿਟ ਜਾਂਦੇ ਸੀ ਬਰਫ਼ ਨਾਲ ਵੀ ਅਸੀਂ ਕਿੱਧਰ ਜਾ ਰਹੇ ਹਾਂ। ਪਰ ਕਾਰਨ ਕੀ ਸੀ ਵੀ ਉਹ ਜਿਹੜੇ ਮਾਫੀ ਵਾਲੇ ਸੀ ਉਹਨਾਂ ਦੇ ਜੰਗਲਾਂ ਦੇ ਵਿੱਚ ਨਿਸ਼ਾਨੀਆਂ ਲਾਈਆਂ ਹੁੰਦੀਆਂ ਸੀ ਜਿਸ ਦੇ ਰਾਹੀਂ ਸਾਨੂੰ ਜਦੋਂ ਲੈ ਕੇ ਜਾਂਦੇ ਸੀ ਸਾਨੂੰ ਰਾਤ ਨੂੰ ਹੀ ਲੈ ਕੇ ਜਾਂਦੇ ਸੀ। ਦਿਨੇ ਸਾਨੂੰ ਕੋਈ ਨਹੀਂ ਸੀ ਛੇੜਦਾ ਨਾ ਸਾਨੂੰ ਕੋਈ ਪਤਾ ਲੱਗਦਾ ਸੀ ਵੀ ਅਸੀਂ ਕਿੱਥੇ ਹੈਗੇ। ਆਸੇ ਪਾਸੇ ਘੁੰਮ ਆਉਣਾ ਫਿਰ ਉੱਥੇ ਆ ਕੇ ਬੈਠ ਜਾਣਾ ਅਤੇ ਜਦੋਂ ਉਹਨਾਂ ਨੇ ਸਾਨੂੰ ਲੱਭਣਾ ਹੁੰਦਾ ਸੀ ਉਹ ਸਾਡੇ ਕੋਲ 5 ਮਿੰਟਾਂ 'ਚ ਆ ਜਾਂਦੇ ਸੀ। ਹਾਂਜੀ ਵੀ ਜਿਵੇਂ ਸਾਡੀ ਨਿਗਾਹ ਰੱਖਦੇ ਹੈ ਜਾਂ ਕੁਛ ਵੀ ਹੈ। ਅਤੇ ਇਸੇ ਤਰ੍ਹਾਂ ਬਾਅਦ 'ਚ ਅਸੀਂ ਉੱਥੋਂ ਜਦੋਂ ਮਾਸਕੋ ਪਹੁੰਚੇ ਉਹ ਸੋਰੀ ਮਾਸਕੋ ਤੋਂ ਤਾਂ ਚੱਲ ਪਏ ਸੀ ਫਿਰ ਅਸੀਂ ਯੂਕਰੇਨ ਸਾਨੂੰ ਉਹਨਾਂ ਨੇ ਇੰਟਰ ਕਰਾ ਤਾ। ਯੂਕਰੇਨ ਤੋਂ ਬਾਅਦ ਅਸੀਂ ਸਾਨੂੰ ਕਹਿੰਦੇ ਵੀ ਉਦੋਂ ਪਤਾ ਲੱਗਿਆ ਕਹਿੰਦੇ ਕੀਵ ਜਾਣਾ ਆਪਾਂ। ਅਸੀਂ ਆਖਿਆ ਵੀ ਕੀਵ ਹੁਣ ਨਾ ਤਾਂ ਕੋਈ ਸਾਨੂੰ ਪਤਾ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਕੀਵ ਵੀ ਕਦੇ ਸੁਣਿਆ ਹੀ ਨਹੀਂ ਸੀ। ਕਹਿੰਦੇ ਵੀ ਕੀਵ ਜਾਣਾ ਹੈ। ਅਸੀਂ ਆਖਿਆ ਵੀ ਚੱਲ ਕੀਵ ਤਾਂ ਜਿੱਥੇ ਲੈ ਕੇ ਜਾਣਗੇ। ਫਿਰ ਸਾਨੂੰ ਉੱਥੋਂ ਤੋਰ ਕੇ ਉਹਨਾਂ ਨੇ ਕਮਰਿਆਂ ਦੇ ਵਿੱਚ ਦੀ ਹੁੰਦੇ ਹੋਇਆਂ ਕੀਵ ਪਹੁੰਚੇ। ਕਦੀ ਮਿਲਟਰੀ ਵਾਲਿਆਂ ਦੀਆਂ ਗੱਡੀਆਂ ਵੀ ਆਈਆਂ ਜਿਨ੍ਹਾਂ ਨੇ ਸਾਡੀ ਡੌਂਕੀ ਲਵਾਈ। ਸਾਨੂੰ ਉਦੋਂ ਪਤਾ ਲੱਗਿਆ ਵੀ ਅਸੀਂ ਹੁਣ ਡੌਂਕੀ ਲਾ ਰਹੇ ਹਾਂ। ਤੁਸੀਂ ਉੱਥੋਂ ਪਹਿਲਾਂ ਬਿਲਕੁਲ ਪ੍ਰਪੇਅਰ ਨਹੀਂ ਸੀ। ਤੁਹਾਨੂੰ ਤਾਂ ਐਂ ਸੀ ਕਿ ਮਾਸਕੋ ਜਾਵਾਂਗੇ ਉੱਥੇ ਗਾਂ ਸਾਡੀਆਂ ਹੋਰ ਫਲਾਈਟ ਬੁੱਕ ਹੋਣਗੀਆਂ ਤਾਂ ਅਸੀਂ ਜਰਮਨ ਹੀ ਉਤਰਾਂਗੇ ਜਾ ਕੇ। ਉਦੋਂ ਇਹ ਕਹੇ ਨੇ ਵੀ ਮਾਸਕੋ ਤੋਂ ਤੁਹਾਨੂੰ ਗਾਂ ਵੀਜ਼ਾ ਦਵਾਵਾਂਗੇ। ਉਹ ਪਰ ਸਾਡੇ ਤਾਂ ਪਾਸਪੋਰਟ ਲੈ ਲਈ ਸੀ ਉਹਨਾਂ ਨੇ ਰਸਤੇ 'ਚ ਹੀ। ਅਤੇ ਜਦੋਂ ਅਸੀਂ ਕੀਵ ਪਹੁੰਚੇ ਅਸੀਂ ਕੀਵ ਜਦੋਂ ਪਹਿਲਾਂ ਮੁੰਡੇ ਬੈਠੇ ਸੀ ਕਹਿੰਦੇ ਵੀ ਕੋਈ ਕੀ ਖਾਣਾ ਪੀਣਾ ਉਹ ਪੰਜਾਬੀ ਸੀ ਕਮਰਾ ਮੁੰਡੇ ਅਤੇ ਇੱਕ ਅਸੀਂ ਕਹਿੰਦੇ ਵੀ ਉੱਥੇ ਗੰਢੇ ਪਏ ਆ ਕੱਢ ਲਿਓ ਵੀ ਆਪਾਂ ਚੀਰ ਕੇ ਅਤੇ ਵੀ ਤੜਕਾ ਲਾਉਂਦੇ ਹਾਂ। ਉਹ ਜਦੋਂ ਅਸੀਂ ਗੰਢੇ ਕੱਢਣ ਗਏ ਮੁੰਡਾ ਜਿਹੜਾ ਉਹਨੇ ਥੱਲੇ ਵੇਖਿਆ ਥੱਲੇ ਪਾਸਪੋਰਟ ਪਏ ਜੀ ਘੱਟੋ ਘੱਟ ਵੀ ਇੱਕ ਬਾਲਟੀ ਪਾਸਪੋਰਟਾਂ ਦੀ ਹੋਊਗੀ ਅਤੇ ਜਿਹਨਾਂ ਦੇ ਉੱਤੇ ਗੰਢੇ ਤਾਂ ਸਿੱਟੇ ਸੀ ਵੀ ਉਹ ਗਲ ਸੜ ਜਾਣ। ਅਸੀਂ ਫਿਰ ਸਾਡੇ ਤੋਂ ਹੀ ਪਾਸਪੋਰਟ ਲੈ ਲਈ ਸੀ ਪਿੱਛੇ ਹੀ। ਅਸੀਂ ਫਿਰ ਆਪਸ 'ਚ ਇੱਕ ਦੂਜੇ ਨੂੰ ਕਹੀਏ ਸਾਨੂੰ ਉਹ ਕਹਿੰਦੇ ਸੀ ਵੀ ਤੁਹਾਡਾ ਜਿੱਥੇ ਸੂਤ ਲੱਗਿਆ ਤੁਹਾਨੂੰ ਵੀਜ਼ਾ ਦਵਾ ਦਿਆਂਗੇ ਅਤੇ ਤੁਹਾਨੂੰ ਗਾਂਹ ਚੜਾ ਦਿਆਂਗੇ। ਫਿਰ ਅਸੀਂ ਆਪਸ 'ਚ ਸਾਰਿਆਂ ਬੰਦਿਆਂ ਨੇ ਅਸੀਂ ਉਸ ਕਮਰੇ 'ਚ ਪਹੁੰਚਦਿਆਂ 30-32 ਜਣੇ ਹੋ ਗਏ ਸੀ। ਫਿਰ ਸਾਨੂੰ ਜਦੋਂ ਉੱਥੇ ਪਹੁੰਚਿਆ ਪਤਾ ਲੱਗਿਆ ਵੀ ਇਹ ਜਿਹੜੇ ਗੰਢਿਆਂ ਥੱਲੇ ਪਾਸਪੋਰਟ ਆ ਨਾ ਆਪਣੇ ਵੀ ਕਿਤੇ ਐਵੇਂ ਪਏ ਹੈ ਵੀ ਆਪਾਂ ਹੁਣ ਪਾਸਪੋਰਟਾਂ ਵਾਲਾ ਤਾਂ ਖੇੜਾ ਹੀ ਛੱਡੋ ਹੁਣ ਜੋ ਹੋ ਗਿਆ ਜਿਵੇਂ ਵੀ ਹੋ ਗਿਆ। ਅਸੀਂ ਫਿਰ ਉੱਥੋਂ ਜਦੋਂ ਭੁੱਖ ਕਿਹਨੂੰ ਲੱਗਣੀ ਸੀ ਸਭ ਦੇ ਉਹ ਤਾਂ ਇੱਕ ਜਾਣ ਵਾਲਾ ਤਾਂ ਕੰਮ ਹੀ ਇਹ ਹੋ ਗਿਆ ਪਰ ਇਹ ਹੋ ਗਿਆ ਵੀ ਹੁਣ ਡੌਂਕੀ ਰਾਹੀਂ ਫਸ ਗਏ ਹਾਂ ਅਤੇ ਵੀ ਮਾਫੀਆ ਦੇ ਅੰਡਰ 'ਚ ਆਪਾਂ। ਫਿਰ ਮਾਫੀਆ ਵਾਲੇ ਰਾਤ ਨੂੰ ਜਦੋਂ ਆਉਂਦੇ ਸਾਨੂੰ ਥੋੜ੍ਹਾ ਬਹੁਤ ਸਮਾਨ ਦੇ ਜਾਂਦੇ ਸੀ ਉਹ ਵੰਡ ਕੇ ਖਾ ਲੈਂਦੇ ਸੀਗੇ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਕੀਵ ਪਹੁੰਚੇ ਕੀਵ ਜਾ ਕੇ ਅਤੇ ਉੱਥੇ ਵੀ ਸਾਨੂੰ ਸਾਡੇ ਨਾਲ ਐਵੇਂ ਵੀ ਧੱਕਾ ਹੀ ਕੀ ਵੀ ਇੱਕ ਕਮਰਾ ਕਮਰੇ ਦੇ ਵਿੱਚ ਵੀ ਇੱਥੇ ਬੈਠ ਜਾਓ। ਅਸੀਂ ਕਹਿਣਾ ਵੀ ਯਾਰ ਇੱਕ ਕਮਰੇ ਵੀ ਇਹਦੇ ਵਿੱਚ ਕਿੰਨੇ ਕੁ ਜਣੇ ਬੈਠ ਜਾਂਗੇ। ਫਿਰ ਉਹ ਜਿਹੜਾ ਕਮਰਾ ਸੀ ਉਹ ਕਮਰਾ ਸੀ ਕਿਸੇ ਦਾ ਸਟੋਰ। ਉਹ ਸਟੋਰ ਦੇ ਵਿੱਚ 3 ਅਲਕੋਹਲ ਦੀਆਂ ਕੋਈ ਬੋਤਲਾਂ ਪਈਆਂ ਸੀ। ਸਾਡੇ ਨਾਲ 2 ਫੌਜੀ, 1 ਟਰੱਕ ਡਰਾਈਵਰ, 1 ਕੋਈ ਪੰਜਾਬ ਪੁਲਿਸ ਦਾ ਹੌਲਦਾਰ ਦੱਸਦਾ ਸੀ ਆਪਦੇ ਆਪ ਨੂੰ ਵੀ ਉਹ ਸੀ 3 ਜਣੇ। ਠੰਡ, ਭੁੱਖ, ਸਭ ਕੁਛ ਸੀ। ਪਾਣੀ ਹੁੰਦਾ ਸੀ ਜਿਹੜਾ ਝਰਨਿਆਂ ਤੋਂ ਪਾਣੀ ਪਹਾੜਾਂ ਦੇ ਵਿੱਚ ਆਉਂਦਾ ਸੀ ਝਰਕੇ, ਅਸੀਂ ਉਹ ਬੋਤਲਾਂ ਭਰਦੇ ਸੀ। ਉਹ ਜਦੋਂ ਰਾਤ ਨੂੰ ਜਾਂ ਦਿਨੇ ਰੁਕਦੇ ਸੀ ਉਹ ਬੋਤਲਾਂ ਅਸੀਂ ਰੱਖ ਦਿੰਦੇ ਸੀ, ਉਹਦੇ ਉੱਤੋਂ ਉੱਤੋਂ ਸਾਫ਼ ਪਾਣੀ ਲਾਹ ਕੇ ਥੱਲੇ ਵਾਲਾ ਡੋਲ ਦਿੰਦੇ ਸੀ ਵੀ ਉਹ ਪਾਣੀ ਪੀਂਦੇ ਰਹੇ ਅਸੀਂ ਉਹਨਾਂ ਦਿਨਾਂ ਦੇ ਵਿੱਚ। ਅਤੇ ਉਹ ਬਾਅਦ 'ਚ ਉਹਨਾਂ ਨੇ ਜਿਹੜੇ ਉਹ ਬੰਦੇ ਸੀ ਉਹ ਕਹਿੰਦੇ ਯਾਰ ਹੋਰ ਤਾਂ ਨਹੀਂ ਵੀ ਆ ਅਲਕੋਹਲ ਉਹਨੇ ਵਾਸ਼ਨਾ ਲਈ, ਕਹਿੰਦੇ ਯਾਰ ਹੈ ਤਾਂ ਸ਼ਰਾਬ ਵਰਗੀ। ਉਹਨਾਂ ਨੇ 2-2 ਢੱਕਣ ਬੋਤਲ 'ਚ ਪਾਏ, ਪਾ ਕੇ ਅਤੇ ਪੀਤੀ। ਪੀਣ ਲੱਗਿਆਂ ਨੇ ਸਾਨੂੰ ਇਹ ਗੱਲ ਜ਼ਰੂਰ ਕਹੀ, ਕਹਿੰਦੇ ਯਾਰ ਜੇ ਅਸੀਂ ਮਰ ਗਏ ਨਾ ਸਾਡੇ ਘਰੇ ਨਾ ਦੱਸਿਓ ਵੀ ਅਸੀਂ ਮਰ ਗਏ। ਕਹਿੰਦੇ ਵੀ ਉਹਨਾਂ ਨੂੰ ਆਸਤਾ ਰਹੂਗੀ ਵੀ ਆ ਜਾਣਗੇ। ਫਿਰ ਅਸੀਂ ਉਹਨੂੰ ਬਥੇਰਾ ਰੋਕਿਆ ਸੀ, ਆਖਿਆ ਤੁਸੀਂ ਨਾ ਪੀਓ ਯਾਰ ਵੀ ਆਪਣਾ ਕੋਈ ਜ਼ਰੂਰੀ ਤਾਂ ਨਹੀਂ ਗਾ ਵੀ ਇਹ ਕੰਮ। ਉਹ ਕਹਿੰਦੇ ਰੋਵੇਂ ਵੀ ਤਾਂ ਮਰਨਾ ਹੀ ਮਰਨਾ, ਕਿਉਂਕਿ ਉਦੋਂ ਨੂੰ ਅਸੀਂ 1-2 ਲਾਸ਼ਾਂ ਵੇਖ ਲਈਆਂ ਸੀ ਰਸਤੇ 'ਚ। ਇੱਕ ਤਾਂ ਰਸਤੇ ਦੇ ਵਿੱਚ ਵੀਤਨਾਮ ਦੇ ਸਾਨੂੰ ਗਰੁੱਪ ਮਿਲਿਆ, ਉਹ ਕੁੜੀ ਤੋਂ ਤੁਰਿਆ ਨਹੀਂ ਸੀ ਜਾਂਦਾ ਅਤੇ ਵੀ ਸੀਗੀਆਂ। ਹਾਂਜੀ ਵੀਤਨਾਮ ਵਾਲੇ ਗਰੁੱਪ 'ਚ ਕੁੜੀਆਂ ਵੀ ਸੀ ਅਤੇ ਉਹ ਤੋਂ ਤੁਰਿਆ ਨਹੀਂ ਜਾਂਦਾ। ਉਹਨਾਂ ਨੇ ਵੀਤਨਾਮ ਵਾਲੇ ਜਿਹੜੇ ਉਹਨਾਂ ਦੇ ਨਾਲ ਦੇ ਗਰੁੱਪ ਵਾਲੇ ਸਾਨੂੰ ਪੁੱਛਿਆ ਵੀ ਤੁਸੀਂ ਇਹਨੂੰ ਲੈ ਕੇ ਜਾਣਾ। ਉਹ ਬਾਅਦ 'ਚ ਉਹਨਾਂ ਨਾਲ ਦੇ ਨੇ ਸਿਰ ਮਾਰਿਆ, ਉਹਨਾਂ ਨੇ ਫਿਰ ਪਰ ਸਾਈਡ 'ਤੇ ਲਿਜਾ ਕੇ ਇੱਕ ਖਾਈ ਦੇ ਵਿੱਚ ਲਿਜਾ ਕੇ ਫਾਇਰ ਕਰਿਆ ਪਿਸਟਲ ਨਾਲ ਅਤੇ ਮਾਰ ਕੇ ਤਾਂ ਕੁੜੀ ਸੁੱਟਤੀ। ਅਸੀਂ ਉਸ ਦਿਨ ਫਿਰ ਸਾਨੂੰ ਐਂ ਹੋ ਗਿਆ ਵੀ ਲਓ ਵੀ ਹੁਣ ਆਪਣੇ ਨਾਲ ਵੀ ਇਵੇਂ ਹੋਣਾ। ਫਿਰ ਭੁੱਖ ਪਿਆਸ ਹੋ ਜਾਂਦੀ ਸੀ ਬਈ, ਕਈ ਨਹਾਉਣ ਨਾਲ ਤਾਂ ਕੰਮ ਹੀ ਸਾਡਾ ਵਰਕਾ ਪਾਟ ਗਿਆ ਸੀ। ਜਿਹੜੇ ਬੈਗ ਲਏ ਸੀ ਅਸੀਂ ਉਹ ਸਾਡੇ ਯੂਕਰੇਨ ਜਦੋਂ ਅਸੀਂ ਇੰਟਰ ਹੋਏ ਸੀ ਸਾਡਾ ਉੱਥੇ ਹੀ ਉਹਨਾਂ ਨੇ ਕਿਹਾ ਵੀ ਪਿਛਲੀ ਗੱਡੀ ਦੇ ਵਿੱਚ ਅਸੀਂ ਤੁਹਾਡੇ ਬੈਗ ਰੱਖਦੇ ਹਾਂ ਜਿਹੜੇ ਇੱਕ ਨਾਲ ਕੈਰੀ ਕਰਿਆ ਸੀ। ਉਹ ਬਾਅਦ 'ਚ ਜਦੋਂ ਗੱਡੀ ਚੱਲ ਪਈ ਪਿੱਛੇ ਵੇਖਿਆ ਇੱਕ ਬੰਦੇ ਨੇ, ਕਹਿੰਦਾ ਆਪਣੇ ਬੈਗ ਤਾਂ ਉਹ ਪਏ ਰੋਡ 'ਤੇ, ਉੱਥੇ ਹੀ ਛੱਡਤੇ ਉਹਨਾਂ ਨੇ।
किसी का भी जो कपड़े पाए वो ही साढ़े कोले कोई कपड़िया का नहीं सी कोई कुछ नहीं। फिर असी उतों जदों कीव तो असी सलवाक नूं सानूं कहिंदे सलवाक जाना हुण सलवाकिया असी आखिया चलो जी। जदों उत्थे जा रहे जंगलों विच दी ते इक ना सेब का दरख्त आया तो सानूं पता लगन लग पिया सीगा भी आ सेब दा है आ फलानी चीज़ दा। असी उत्थे गए ते जदों उत्थे वेख्या ते भी ਉਹ ਅਸੀਂ ਫਰੋਲਦੇ ਸੀਗੇ ਸੇਬ ਵਾਸਤੇ ਬਰਫ਼ ਅਤੇ ਇੱਕ ਬੰਦੇ ਦੇ ਸਾਨੂੰ ਬੂਟ ਦਿਸੇ ਉਹ ਜਿਵੇਂ ਜਿਵੇਂ ਅਸੀਂ ਬਰਫ਼ ਹਟਾਈ ਗਏ ਅਤੇ ਬੰਦਾ ਮੁੱਢ ਦੇ ਨਾਲ ਬੈਠਾ ਸੀ ਉੱਤੇ ਬਰਫ਼ ਪਈ 3-3 ਫੁੱਟ ਬਰਫ਼ ਸੀਗੀ ਉਹ ਬੰਦਾ ਡੈੱਡ ਸੀ। ਅਸੀਂ ਫਿਰ ਉਹਦੀ ਜਦੋਂ ਤਲਾਸ਼ੀ ਲਈ ਵੀ ਇਹਦੇ ਕੋਲੋਂ ਕੁਛ ਨਿਕਲਿਆ ਵੀ ਉਹਦੇ ਸਾਨੂੰ ਸਿਰਫ ਕੜੇ ਤੋਂ ਪਤਾ ਲੱਗਿਆ ਵੀ ਆਪਣਾ ਪੰਜਾਬੀ ਹੈ ਕੋਈ ਅਸੀਂ ਜੋ ਸੀਗਾ ਸਾਡੇ ਕੋਲ ਅਸੀਂ ਉਹ ਵੀ ਸਿੱਟਤਾ ਵੀ ਜੋ ਸੇਬ ਲੱਭੇ ਜੀ ਨਹੀਂ ਕਰਦਾ ਸੀਗਾ ਵੀ ਕੁਛ ਖਾਣ ਨੂੰ ਵੀ ਕਿਉਂਕਿ ਜਦੋਂ ਮੌਤ ਹੀ ਵੇਖ ਲਈ ਸੀ। ਉਸ ਦਿਨ ਫਿਰ ਸਾਡਾ ਸਾਰਿਆਂ ਜਾਣਿਆਂ ਨੇ ਰਾਤ ਨੂੰ ਰੋਈ ਕਹਿੰਦੇ ਵੀ ਆਪਾਂ ਵੀ ਇੱਥੇ ਅਸੀਂ ਉਸ ਦਿਨ ਜਦੋਂ ਸਲਵਾਗ 'ਚ ਐਂਟਰ ਹੋਣਾ ਸੀ ਅਸੀਂ 12 ਦਿਨ ਭੁੱਖੇ ਰਹੇ ਸਾਰੇ ਜਾਣੇ ਕਿਸੇ ਨੇ ਸਿਰਫ ਇੱਕ ਪਾਣੀ ਸਾਡੇ ਕੋਲ ਸੀਗਾ ਹੋਰ ਸਾਡੇ ਕੋਲ ਕੁਛ ਨਹੀਂ ਸੀ। ਉੱਥੇ ਮਾਫੀਆ ਵਾਲੇ ਆਉਂਦੇ ਸੀ ਤੁਹਾਡੇ ਕੋਲ ਹੈ ਨਾ ਰਾਤ ਨੂੰ ਤਾਂ ਫਿਰ ਉਹ ਡਰਾਉਂਦੇ ਧਮਕਾਉਂਦੇ ਵੀ ਸੀਗੇ ਜਾਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਬਈ ਅਸੀਂ ਤਾਂ ਪੈਸੇ ਤੁਹਾਨੂੰ ਦਿੱਤੇ ਹੋਏ ਨੇ ਸਾਨੂੰ ਕਿਤੇ ਪਹੁੰਚਾਓ ਹੀਲਾ ਲਾਓ 12 ਦਿਨ ਬੀਤ ਗਏ ਨੇ ਨਾ ਨਹੀਂ ਨਹੀਂ ਇਹ ਨਹੀਂ ਸੀ ਉਹ ਸਿਰਫ ਇੱਕ ਚੀਜ਼ ਨਾਲ ਸਾਨੂੰ ਪਰੇਸ਼ਾਨ ਕਰਦੇ ਪਰ ਉਹ ਬੰਦੇ ਇਮਾਨਦਾਰ ਸੀ ਉਹ ਕਹਿੰਦੇ ਸੀ ਵੀ ਜਦੋਂ ਅਸੀਂ ਤੁਹਾਨੂੰ ਕਹੀਏ ਸਾਡੇ ਨਾਲ ਚੱਲੋ ਜੇ ਸਲੋ ਚੱਲਦੇ ਸੀ ਫਿਰ ਉਹਨੂੰ ਕੁੱਟਦੇ ਸੀ। ਹਾਂਜੀ ਉਵੇਂ ਕੁਛ ਨਹੀਂ ਸੀ ਕਹਿੰਦੇ ਖਾਣ ਪੀਣ ਨੂੰ ਉਹਨਾਂ ਨੂੰ ਜੇ ਕੋਈ ਸਮਾਨ ਦਾ ਜਿੰਨੇ ਦਾ ਉਹਨਾਂ ਨੂੰ ਪੈਸੇ ਮਿਲਦੇ ਸੀ ਉਨਾ ਸਮਾਨ ਲਿਆ ਕੇ ਸਾਨੂੰ ਦੇ ਦਿੰਦੇ ਸੀ ਉਹ ਪਰ ਉਹ ਉਦੋਂ ਹੀ ਲਿਆ ਕੇ ਦਿੰਦੇ ਸੀ ਜਦੋਂ ਉਹਨਾਂ ਨੂੰ ਪੇਮੈਂਟ ਹੋਈ ਹੁੰਦੀ ਸੀ ਉਸ ਤੋਂ ਬਿਨਾਂ ਉਹ ਕੁਛ ਨਹੀਂ ਸੀ ਨਾ ਕਿਸੇ ਨੂੰ ਉਹਨਾਂ ਨੇ ਕੁਛ ਕਹਿਣਾ ਜੇ ਥੱਕ ਗਏ ਤਾਂ ਉਹਨਾਂ ਨੇ ਬੈਠ ਜਾਣਾ ਅਸੀਂ ਵੀ ਬੈਠ ਜਾਣਾ ਅਤੇ ਕਿਸੇ ਨੇ ਕੁੱਟਣ ਕੱਟਣ ਨਾਲ ਤਾਂ ਉਦੋਂ ਕੰਮ ਬਣਦਾ ਸੀ ਜਦੋਂ ਕਿਤੇ ਮੰਨ ਲਓ ਵੀ ਅਸੀਂ ਤੁਰਨਾ ਨਾ ਕਿਸੇ ਦੇ ਪੈਰ ਗਲ ਜਾਣੇ ਜਿਵੇਂ ਸਾਡੇ ਨਾਲ ਇੱਕ ਮੁੰਡਾ ਸੀ ਉਹਦੀਆਂ ਉਂਗਲਾਂ ਗਲ ਗਈਆਂ ਉਹਨੂੰ ਫਿਰ ਅਸੀਂ ਚੱਕ ਕੇ ਲਗੇ ਉਹ ਇਸ ਕਰਕੇ ਚੱਕਿਆ ਵੀ ਅਸੀਂ ਆਖਿਆ ਵੀ ਕਿਸੇ ਨਾਲ ਵੀ ਉਸ ਨਾਲੇ ਅਸੀਂ ਲਾਸ਼ ਵੇਖ ਲਈ ਸੀ ਅਤੇ ਉਦੋਂ ਫਿਰ ਸਾਡਾ ਮਨ ਇੰਨਾ ਸਾਰੇ ਜਣੇ ਨੇ ਵੀ ਕੋਈ ਹੁੰਦਾ ਕਿਸੇ ਨੇ ਸਾਨੂੰ ਉਦੋਂ ਘਰਦਿਆਂ ਨਾਲ ਕੋਈ ਕਿਸੇ ਦੀ ਗੱਲ ਨਹੀਂ ਸੀ ਹੋ ਰਹੀ ਸਾਰੇ ਆਪੋ ਆਪਣੇ ਘਰਾਂ 'ਚੋਂ ਤਾਂ ਘਰ ਦਾ ਧਿਆਨ ਹੀ ਨਹੀਂ ਸੀ ਜੀ ਅਸਲ ਦੇ ਵਿੱਚ ਤਾਂ ਉਦੋਂ ਤਾਂ ਇਹ ਸੀਗਾ ਵੀ ਕਿਤੇ ਤਾਂ ਜ਼ਿੰਦਗੀ ਜਾਂ ਤਾਂ ਸਹੀ ਹੋ ਜੂਗੀ ਅਤੇ ਜਾਂ ਐਂਡ ਹੈ। ਅਸੀਂ ਫਿਰ ਉਹ ਮਾਫੀ ਵਾਲੇ ਵਿਚਾਰੇ ਵੀ ਉਹ ਵੀ ਇਵੇਂ ਹੁੰਦੇ ਫਿਰ ਸਾਨੂੰ ਜਦੋਂ 12 ਦਿਨ ਛੱਡ ਕੇ ਉਹ ਸਲਵਾਕ ਦੇ ਜੰਗਲਾਂ ਦੇ ਵਿੱਚ ਯੂਕਰੇਨ ਦੇ ਅਤੇ ਸਲਵਾਕ ਦੇ ਬਾਰਡਰ 'ਤੇ ਫਿਰ ਉਹ ਸਲਵਾਕ ਦੇ ਲੋਕ ਸੀਗੇ ਵਿਚਾਰੇ ਬਹੁਤ ਚੰਗੇ ਬੰਦੇ ਉਹ ਸਾਨੂੰ ਆਲੂਆਂ ਦੀ ਬਾਲਟੀ ਲਿਆਉਂਦੇ ਸੀ ਵੀ ਖਾ ਲਓ ਉਬਲੇ ਉਬਲਾਏ ਸਾਰੇ ਜਣੇ ਆਲੂ ਇੱਕ ਇੱਕ ਦੋ ਦੋ ਜਿਵੇਂ ਵੀ ਖਾਣਾ ਅਤੇ ਕੁਛ ਪਾਣੀ ਪੀ ਲੈਣਾ ਚਲੋ ਜੀ ਆਧਾਰ ਹੋ ਜਾਂਦਾ ਸੀਗਾ ਅਤੇ ਬਾਕੀ ਹੋਰ ਆਪਣੇ ਬੰਦਿਆਂ ਨੂੰ ਕੋਈ ਰੋਟੀ ਇਹ ਨਹੀਂ ਵੀ ਜਾਂ ਸਾਡੇ ਏਜੰਟ ਹਾਂ ਜਦੋਂ ਕਿਸੇ ਦੀ ਪੇਮੈਂਟ ਨਹੀਂ ਸੀ ਹੁੰਦੀ ਉਸਨੂੰ ਤੰਗ ਜ਼ਰੂਰ ਕਰਦੇ ਸੀ ਆਪਣੇ ਬੰਦੇ ਵੀ ਆਪਦੇ ਘਰ ਫੋਨ ਕਰੋ ਅਤੇ ਵੀ ਸਾਡੀ ਪੇਮੈਂਟ ਕਰੋ ਨਹੀਂ ਤਾਂ ਤੁਸੀਂ ਨਹੀਂ ਜਾਣਾ ਗਾ। ਤੁਹਾਡਾ ਜ਼ਿਕਰ ਕਰਾਂਗੀ ਜਦੋਂ ਤੁਹਾਡਾ ਕਾਫੀ ਦਿਨਾਂ ਤੋਂ ਪਿੰਡ ਫੋਨ ਨਹੀਂ ਗਿਆ ਹੈਗਾ ਘਰ ਹੈ ਨਾ ਤਾਂ ਉਧਰੋਂ ਏਜੰਟ ਨੇ ਤੁਹਾਨੂੰ ਵੀ ਤੁਹਾਡੇ ਤੋਂ ਵੀ ਪੈਸੇ ਮੰਗੇ ਸੀਗੇ ਪੈਸੇ ਦਿਓ ਪਿੰਡ ਗਿਆ ਸੀ ਫੋਨ ਇਸ ਲਈ ਨਹੀਂ ਜੀ ਉਹ ਇਵੇਂ ਨਹੀਂ ਸੀ ਜਾਂਦਾ ਉਹ ਨਾ ਜਦੋਂ ਉੱਥੇ ਮਾਫੀਆ ਵਾਲਿਆਂ ਨੂੰ ਆਪਣੇ ਬੰਦੇ ਚੁਕਾ ਦਿੰਦੇ ਸੀ ਉਹ ਚੁਕਾਉਣ ਦੇ ਨਾਲ ਕੀ ਹੁੰਦਾ ਸੀਗਾ ਵੀ ਉਹ ਮਾਫੀਆ ਨੂੰ ਜਿਹੜਾ ਆਪਣਾ ਪੰਜਾਬੀ ਬੰਦਾ ਹੁੰਦਾ ਸੀ ਉਹ ਉੱਤੋਂ ਪੈਸੇ ਲੈ ਲੈਂਦਾ ਸੀ ਵੀ ਤੂੰ ਕਿੰਨੇ ਬੰਦੇ ਚੱਕ ਕੇ ਲਿਆਉਂਦੇ ਆ ਉਹ ਬਾਅਦ 'ਚ ਆਪਣੇ ਪੰਜਾਬੀ ਬੰਦੇ ਕਮਾਈ ਕਰਦੇ ਸੀ ਵੀ ਤੁਸੀਂ ਆਪਦੇ ਘਰ ਫੋਨ ਕਰੋ ਵੀ 50,000 ਲੱਖ ਉਦੋਂ ਇੰਨੇ ਹੀ ਹੁੰਦੇ ਸੀਗੇ ਵੀ ਪੈਸੇ ਦਿਓ ਤੁਹਾਨੂੰ ਮੈਂ ਇਹਨਾਂ ਬੰਦਿਆਂ ਕੋਲੋਂ ਛਡਾਇਆ ਪੈਸੇ ਦਿੱਤੇ ਕਿੰਨੇ ਹੁੰਦੇ ਸੀ $10 ਹਾਂਜੀ ਅਤੇ ਇੱਥੇ 50,000 ਲੱਖ ਰੁਪਈਆ ਉਹ ਲੈ ਲੈਂਦੇ ਸੀ ਉਹ ਵੀ ਸਾਨੂੰ ਉਦੋਂ ਅਗਾਂਹ ਜਿਵੇਂ ਜਿਵੇਂ ਅਸੀਂ ਅੱਗੇ ਜਾਈ ਜਾਂਦੇ ਸੀ ਨਾ ਉਵੇਂ ਉਵੇਂ ਪਤਾ ਲੱਗਦਾ ਸੀ ਫਿਰ ਇੱਕ ਜਦੋਂ ਉੱਥੇ ਇੱਕ ਆਉਂਦੀ ਸੀ ਮੁੱਕਾ ਚੌਂਕ ਰਸਤੇ ਦੇ ਵਿੱਚ ਉਹਨੂੰ ਨਾ ਤਾਂ ਮਕਾਓ ਕੋਈ ਇਸ ਤਰ੍ਹਾਂ ਸੀ ਪਰ ਆਪਣੇ ਪੰਜਾਬੀਆਂ ਨੇ ਮੁੱਕਾ ਚੌਂਕ ਰੱਖਿਆ ਸੀ ਉੱਥੇ ਜਿਹੜਾ ਬੰਦਾ ਬਾਰਡਰ 'ਤੇ ਫਸ ਜਾਂਦਾ ਸੀ ਉਹਨੂੰ 28 ਦਿਨਾਂ ਦੀ ਸਜ਼ਾ ਹੁੰਦੀ ਸੀ 28 ਦਿਨ ਉਹ ਕਹਿੰਦੇ ਵੀ ਕੁੱਟ ਕੇ ਰੋਟੀ ਖਵਾਉਂਦੇ ਸੀ ਉਹ ਰਸ਼ੀਅਨ ਜੇ ਕੋਈ ਨਹੀਂ ਸੀ ਮਰਨ ਦਿੰਦੇ ਨਹੀਂ ਸੀ ਊਂ ਕੋਈ ਕਸਰ ਨਹੀਂ ਸੀ ਰਹਿੰਦੀ ਉਹ ਵੀ ਜਦੋਂ ਅਸੀਂ ਬਾਰਡਰ ਟੱਪ ਗਏ ਅਸੀਂ ਅੱਗੇ ਸਲਵਾਗ ਦੇ ਵਿੱਚ ਸਲਵਾਗ 'ਚ ਐਂਟਰ ਹੋ ਗਈ ਸਾਨੂੰ ਫਿਰ ਪਤਾ ਲੱਗਿਆ ਇਸ ਚੀਜ਼ ਦਾ ਵੀ ਆਹ ਚੀਜ਼ ਵੀ ਇਸ ਤਰ੍ਹਾਂ ਸੀ ਫਿਰ ਉੱਥੇ ਕਿਹਾ ਵੀ ਅਸੀਂ ਤਾਂ ਬਚ ਗਏ ਕਹਿੰਦੇ ਤੁਸੀਂ ਕਰਮਾਂ ਵਾਲੇ ਅਸੀਂ ਆਖਿਆ ਇਹ ਵੀ ਹੁਣੇ ਵੀ ਚਲੋ ਆਪਦੇ ਆਪ ਨੂੰ ਹੌਸਲਾ ਹੋਇਆ ਵੀ ਉਸ ਚੀਜ਼ ਤੋਂ ਤਾਂ ਇੱਕ ਤੋਂ ਤਾਂ ਬਚੇ ਵੀ ਭੁੱਖੇ ਪਿਆਸੇ ਰਹੇ ਅਸੀਂ ਫਿਰ ਉਸ ਤੋਂ ਬਾਅਦ ਜਦੋਂ ਇਵੇਂ ਕਦੀ ਗੱਡੀ ਦੇ ਵਿੱਚ ਕਦੀ ਤੁਰ ਕੇ ਭੁੱਖੇ ਪਾਣੇ ਜਿਵੇਂ ਵੀ ਅਸੀਂ ਕਰਦੇ ਕਰਾਉਂਦੇ ਹਾਂ ਉਹ ਅਸੀਂ ਸਲਵਾਗ ਤੋਂ ਬਾਅਦ 'ਚ ਸਾਨੂੰ ਇਹਨਾਂ ਨੇ ਚੈੱਕ ਰਿਪਬਲਿਕ ਆਉਂਦਾ ਆਪਣੇ ਜਰਮਨ ਦੇ ਨਾਲ ਲੱਗਦਾ ਅਤੇ ਵੀ ਉੱਥੇ ਪਹੁੰਚਾਉਣਾ ਸੀ ਇਹਨਾਂ ਨੇ
ਸਾਨੂੰ ਫਿਰ ਬਾਅਦ 'ਚ ਉੱਥੇ ਲੈ ਗਏ। ਉੱਥੇ ਲਿਜਾ ਕੇ ਇਹਨਾਂ ਨੇ ਸਾਡੇ ਨਾਲ ਵੀ ਜਿਵੇਂ ਮੰਨ ਲਓ ਵੀ ਤਿੰਨ ਤਿੰਨ ਚਾਰ ਚਾਰ ਜਣਿਆਂ ਨੂੰ ਇੱਕ ਗੱਡੀ 'ਚ ਲਿਜਾ ਕੇ ਆਪਣੇ ਇੰਡੀਅਨ ਦਾ ਉਸ ਸ਼ਹਿਰ ਨੂੰ ਕਹਿੰਦੇ ਪ੍ਰਾਗ, ਪਰ ਉਹਨਾਂ ਦਾ ਉਹ ਪਰਾਹ ਹੈ। ਉਹ ਬਾਅਦ 'ਚ ਸਾਨੂੰ ਉੱਥੇ ਉਹ ਸ਼ਹਿਰ ਦੇ ਵਿੱਚ ਲੈ ਗਏ। ਸ਼ਹਿਰ ਦੇ ਵਿੱਚ ਲਿਜਾ ਕੇ ਉਹਨਾਂ ਨੇ ਵੀ ਆਪਦਾ ਐਂਟਰ ਕਰਾਤਾ। ਐਂਟਰ ਕਰਾ ਕੇ ਅਸੀਂ ਕਮਰੇ 'ਚ ਚਲੇ ਗਏ। ਰੋਟੀ ਪਾਣੀ ਜਦੋਂ ਅਸੀਂ ਉੱਥੇ ਕਮਰੇ 'ਚ ਪਹੁੰਚੇ, ਉੱਥੇ ਘੱਟੋ ਘੱਟ ਵੀ ਸਾਡੇ ਜਾਂਦਿਆਂ ਨੂੰ 30-35 ਜਣੇ ਹੋਰ ਬੈਠੇ ਪੰਜਾਬੀ। ਅਸੀਂ ਜੀ ਚੁੱਪ ਕਰਕੇ ਅਤੇ ਆਪਦਾ ਵੀ ਕਹਿਣਾ ਕੀ ਸੀਗਾ ਵੀ ਇੱਕ ਦੂਜੇ ਨੂੰ ਵੀ ਨਾ ਕੋਈ ਬੁਲਾਇਆ ਜਾਂਦਾ, ਵੀ ਸਾਰੀ ਹਾਲਾਤ ਵੇਖ ਲਈ ਤਾਂ ਅਸੀਂ ਇੱਕ ਦੂਜੇ ਦਾ। ਅਸੀਂ ਜਦੋਂ ਅਸੀਂ ਵੀ 27-28 ਜਣੇ ਅਸੀਂ ਪਹੁੰਚ ਗਏ, ਉੱਥੇ 62-63 ਜਣੇ ਹੋ ਗਏ। ਫਿਰ ਉੱਥੇ ਜੀ ਰਾਤ ਨੂੰ ਰੋਟੀ ਪੱਕੀ, ਰੋਟੀਆਂ ਪੱਕੀਆਂ 65, ਅਸੀਂ 62 ਜਣੇ। ਫਿਰ ਸਾਰਿਆਂ ਨੂੰ ਇੱਕ ਇੱਕ ਰੋਟੀ ਅਤੇ ਕਹਿੰਦੇ ਵੀ ਆ ਲਓ ਖਾ ਲਓ ਵੀ। ਫਿਰ ਅਸੀਂ ਜੀ ਇੱਕ ਇੱਕ ਰੋਟੀਆਂ ਕਿਹੜੀਆਂ ਸੀ, ਬਿਲਕੁਲ ਪਤਲੀ ਰੋਟੀ ਸੀ ਵੀ ਗਿਣਤੀ ਕਰੀ ਸੀਗੀ, ਅਤੇ ਇੱਕ ਖਾ ਕੇ ਅਤੇ ਆਪਦਾ ਸਾਨੂੰ ਫਿਰ ਉੱਦਣ ਲੱਗਿਆ ਵੀ ਅਸੀਂ ਫਿਰ ਸਾਡੀ ਘਰ ਗੱਲ ਹੋਈ। ਉਦੋਂ ਘਰੇ ਜਦੋਂ ਗੱਲ ਹੋਈ ਘਰਦਿਆਂ ਨੂੰ, ਪਹਿਲਾਂ ਤਾਂ ਯਕੀਨ ਜਾਂਦੇ ਵੀ ਆਇਆ। ਕਿੰਨੇ ਦਿਨਾਂ ਬਾਅਦ ਗੱਲ ਕੀਤੀ ਘਰ? ਇਹ ਸਾਡੀ ਗੱਲ ਹੋਈ ਘੱਟੋ ਘੱਟ 1 ਮਹੀਨਾ ਅਤੇ 8-10 ਦਿਨਾਂ ਬਾਅਦ। ਫਿਰ ਪਿੰਡ ਵਾਲਿਆਂ ਨਾਲ ਜਦੋਂ ਗੱਲ ਨਹੀਂ ਹੋਈ, ਮਾਤਾ ਪਿਤਾ ਨੂੰ ਟੈਨਸ਼ਨ ਤਾਂ ਹੋ ਜਾਂਦੀ ਹੈ ਕਿ ਕਿੱਥੇ ਚਲਾ ਗਿਆ ਮੁੰਡਾ, ਤਾਂ ਉਹਨਾਂ ਨੇ ਫਿਰ ਏਜੰਟ ਤੱਕ ਵੀ ਪਹੁੰਚ ਨਹੀਂ ਕੀਤੀ ਗੀ। ਏਜੰਟ ਤੱਕ ਪਹੁੰਚ ਕੀ ਕਰ ਗਿਆ? ਏਜੰਟ ਕਹਿੰਦਾ ਤੁਹਾਡੇ ਰਸਤੇ 'ਚ ਹੈ ਜੀ, ਜਦੋਂ ਟਾਈਮ ਲੱਗਿਆ ਮੈਂ ਤੁਹਾਡੀ ਗੱਲ ਕਰਵਾ ਦੂੰਗਾ। ਬਸ ਇੰਨੀ ਗੱਲ ਕਹਿ ਕੇ ਅਤੇ ਉਹ ਏਜੰਟ ਵੀ ਫੋਨ ਕੱਟ ਦੇਣਾ ਜਿਵੇਂ ਵੀ, ਜਾਂ ਜਦੋਂ ਮੇਰੇ ਨਾਲ ਗੱਲ ਹੋਈ ਮੈਂ ਤੁਹਾਡੇ ਨਾਲ ਗੱਲ ਕਰਾ ਦੂੰਗਾ। ਕੁਛ ਸਾਡੇ ਨਾਲ ਜੇ ਸਾਡੀ ਪੇਮੈਂਟ ਨਾ ਹੋਈ ਹੁੰਦੀ ਤਾਂ ਉਹਨਾਂ ਨੇ ਆਪੇ ਘਰਦੇ ਨਾਲ ਕਨੈਕਟ ਕਰਨਾ ਸੀ। ਅਸੀਂ ਪੇਮੈਂਟ ਇੱਥੇ ਦਿੱਲੀ ਦੇ ਕਰਕੇ ਤੁਰੇ ਸੀਗੇ, ਅਤੇ ਇਸ ਵਜ੍ਹਾ ਕਰਕੇ ਸਾਡੀ ਕੋਈ ਗੱਲਬਾਤ ਜਿਹੜੇ ਨਹੀਂ ਸੀ ਹੋਈ ਹੁੰਦੀ ਉਹਨਾਂ ਦੀ ਗੱਲ ਵੀ ਹੁੰਦੀ ਸੀਗੀ ਵੀ ਪੇਮੈਂਟ ਕਰਾਓ, ਘਰ ਫੋਨ ਕਰੋ। ਉਹ ਸਿਰਫ ਏਜੰਟ ਨਾਲ ਹੁੰਦੀ ਸੀ, ਘਰਦਿਆਂ ਨਾਲ ਨਹੀਂ ਸੀ ਹੁੰਦੀ। ਵੀ ਏਜੰਟ ਕਰ ਦਿੰਦਾ ਸੀ ਵੀ ਹਾਂ ਕਿੰਨੇ ਜਣੇ ਪਹੁੰਚ ਗਏ। ਉਹ ਇੱਥੋਂ ਉਹਨਾਂ ਨੂੰ ਏਜੰਟਾਂ ਨੂੰ ਸਾਰਾ ਪਤਾ ਲੱਗ ਜਾਂਦਾ ਸੀਗਾ ਵੀ ਕਿਵੇਂ ਇਹ, ਵੀ ਕਿੱਥੇ ਕੁ ਪਹੁੰਚਿਆ, ਕਿ ਸਾਰੇ ਸਹੀ ਹੈ ਜਾਂ ਕਿਵੇਂ। ਉਹ ਤੋਂ ਬਾਅਦ ਬਸ ਦੱਸਿਆ ਕਿ ਜੰਗਲਾਂ ਦੇ ਵਿੱਚ ਕੁੜੀਆਂ ਨੂੰ ਵੀ ਗੋਲੀ ਮਾਰੀ ਗਈ, ਹੈ ਨਾ, ਉਹਨੂੰ ਮਾਰ ਕੇ ਸੁੱਟਿਆ ਗਿਆ। ਬਹੁਤ ਸਾਰੇ ਪੰਜਾਬੀ ਮੁੰਡੇ ਵੀ ਆ, ਕਈ ਮਾਵਾਂ ਅੱਜ ਵੀ ਉਡੀਕਦੀਆਂ ਹੋਣਗੀਆਂ ਪੁੱਤਾਂ ਨੂੰ, ਹੈ ਨਾ, ਪਰ ਉਹਨਾਂ ਮਾਵਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਤੁਸੀਂ ਵੇਖੇ ਹੋਣਗੇ ਉਸ ਮਾਵਾਂ ਨੂੰ ਕਦੇ ਲਾਲ ਲੱਭਣੇ ਨਹੀਂ ਆ। ਕਿਉਂਕਿ ਜਦੋਂ ਉਹ ਬੰਦਾ ਹੀ ਡੈੱਡ ਪਿਆ ਸਾਡੇ ਨਾਲ, ਤੁਹਾਨੂੰ ਦੱਸ ਰਿਹਾ ਨਾ ਵੀ ਜਿਹੜੇ ਬੰਦੇ ਨੇ ਉਹ ਅਲਕੋਹਲ ਪੀਤਾ ਸੀ, ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿਸੇ ਨੂੰ ਦੱਸਣਾ ਨਹੀਂ ਜੇ ਕਿਤੇ ਗੱਲ ਵੀ ਹੋਵੇ ਵੀ ਉਹ ਮਰ ਗਏ। ਵੀ ਸਾਡੇ ਨਾਲ ਦੇ ਲਾਈਵ ਇਹ ਗੱਲ ਇੱਕ ਦੂਜੇ ਨੂੰ ਵੀ ਉਹ 4-5 ਜਣੇ ਸੀਗੇ, ਅਸੀਂ ਬਥੇਰਾ ਉਹਨਾਂ ਨੂੰ ਹਾਂ ਬਿਲਕੁਲ ਤੰਦਰੁਸਤ। ਫਿਰ ਉੱਠੇ ਉਹ ਕਹਿੰਦੇ ਉਹ ਬਚ ਗਏ। ਵੀ ਚਲੋ ਟਾਈਮ ਹੀ ਇਹੋ ਜਿਹਾ ਹੁੰਦਾ ਵੀ ਹਾਸਾ ਮਜ਼ਾਕ ਵੀ ਹੁੰਦਾ, ਟਾਈਮ ਟਪਾਉਣਾ ਵੀ ਪੈਂਦਾ, ਰੋਇਆ ਵੀ ਨਹੀਂ ਟਾਈਮ ਟੱਪਦਾ ਗਾ, ਅਤੇ ਪਰ ਜੀ ਨਹੀਂ ਕਿਸੇ ਦਾ ਕਰਦਾ ਸੀਗਾ ਵੀ ਅਸੀਂ ਮਰ ਗਏ। ਪਰ ਹਾਲਾਤ ਇਹੋ ਜਿਹੇ ਸੀਗੇ ਵੀ ਅਸੀਂ ਨਹੀਂ ਬਚਦੇ। ਘਰ ਗੱਲ ਹੋਈ ਆ ਉਦਣ ਘਰ, ਤੁਸੀਂ ਇਹਨੇ ਘਰਦੇ ਨੇ ਯਕੀਨ ਨਹੀਂ ਕੀਤਾ, ਉਹ ਕਿਵੇਂ ਸੀਗਾ ਪਲ? ਉਹ ਜਦੋਂ ਘਰ ਪਾਪਾ ਜੀ ਨਾਲ ਗੱਲ ਹੋਈ, ਪਾਪਾ ਜੀ ਫਿਰ ਐਵੇਂ ਜਿਵੇਂ ਮੰਨ ਲਓ ਬੰਦਾ ਵੈਰੀਫਿਕੇਸ਼ਨ ਕਰਦਾ, ਪਾਪਾ ਜੀ ਆਂਢੀਆਂ ਗੁਆਂਢੀਆਂ ਦਾ ਪੁੱਛਣ ਲੱਗ ਪਿਆ ਆਪਣੇ ਉੱਧਰ ਖੇਤ ਕਿਹਦਾ ਹੈ, ਆਪਾਂ ਨਹਿਰ ਦੀ ਵਾਰੀ ਆਪਣੇ ਤੋਂ ਕੌਣ ਵੱਢਦਾ ਹੈ, ਆਪਣੇ ਦੂਜੇ ਪਾਸੇ ਚੜ੍ਹਦੇ ਪਾਸੇ ਕਿਹਦਾ ਖੇਤ ਹੈ, ਅਤੇ ਫਲਾਣੇ ਦੇ ਵੀ ਰਿਸ਼ਤੇਦਾਰ ਆ ਉਹਦੇ ਪੋਤੇ ਦਾ ਕੀ ਨਾਂ ਹੈ। ਮੈਂ ਫਿਰ ਜਦੋਂ ਚਲੋ ਪਿਓ ਪੁੱਤਾਂ ਦੀਆਂ 100 ਗੱਲਾਂ ਬਾਤਾਂ ਹੁੰਦੀਆਂ, ਮੈਂ ਫਿਰ ਜਦੋਂ ਪਾਪਾ ਜੀ ਨੂੰ ਕੋਈ ਆਪਦੀ ਅਸੀਂ ਪਿਓ ਪੁੱਤਾਂ ਦੀ ਆਪਸ 'ਚ ਗੱਲਬਾਤ ਜੋ ਹੁੰਦੀ ਜਦੋਂ ਦੱਸੀ, ਫਿਰ ਕਹਿੰਦੇ ਓਏ ਤੂੰ ਪਹੁੰਚ ਗਿਆ ਓਏ। ਮੈਂ ਪਾਪਾ ਜੀ ਹਾਂ, ਕਿਉਂਕਿ ਅਸੀਂ ਉਸ ਟਾਈਮ ਪ੍ਰਾਗ ਟੱਪ ਗਏ ਸੀ ਅਸੀਂ, ਅਤੇ ਉਦੋਂ ਐਂ ਲੱਗਦਾ ਸੀਗਾ ਵੀ ਹੁਣ ਅਸੀਂ ਜਰਮਨ ਗਏ। ਇੱਕ ਹੀ ਡੌਂਕੀ ਸੀ ਲਾਸਟ, ਅਤੇ ਬਾਕੀ ਬਹੁਤ ਹੋਰ ਤਾਂ ਕਈ ਕਰ ਵੀ ਕੀ ਬੰਦਾ ਉਸ ਟਾਈਮ ਕਰ ਸਕਦਾ, ਕਈ ਹੁੰਦਾ ਵੀ ਹਜੇ ਯਾਨੀ ਕਿ ਬੜੇ, ਮੈਨੂੰ ਲੱਗਦਾ ਫਾਦਰ ਸਾਹਿਬ ਬੜੇ ਭਾਵੁਕ ਹੋਏ ਹੋਣਗੇ, ਕਿਉਂਕਿ ਜਦੋਂ ਇੱਕ ਪੁੱਤ ਦੀ ਆਵਾਜ਼ ਕਈ ਮਹੀਨਿਆਂ ਬਾਅਦ ਕੰਨਾਂ 'ਚ ਪਈ ਹੋਊਗੀ ਨਾ ਉਦੋਂ। ਇਵੇਂ ਉਦੋਂ ਜਦੋਂ ਇਹ ਪਾਪੇ ਨਾਲ ਗੱਲ ਹੋਈ, ਉਸ ਤੋਂ ਪਹਿਲਾਂ ਇੱਕ ਦਿਨ ਚਾਚੇ ਦੇ ਮੁੰਡੇ ਨਾਲ ਗੱਲ ਹੋਈ ਸੀ ਘਰ, ਸਾਡੇ ਵਾਲੇ ਘਰ ਫੋਨ ਨਾ ਲੱਗਿਆ, ਲੈਂਡਲਾਈਨ ਫੋਨ ਸੀਗੇ, ਅਤੇ ਉਹ ਅੱਧੀ ਰਾਤ ਨੂੰ ਉੱਠ ਕੇ ਆਇਆ ਕਿ ਅਤੇ ਉਹਨੇ ਘਰ ਆ ਕੇ ਦੱਸਿਆ ਵੀ ਮੈਨੂੰ ਬਾਈ ਦਾ ਫੋਨ ਆਇਆ ਵੀ ਸਹੀ ਹੈ। ਘਰਦੇ ਕਹਿੰਦੇ ਵੀ ਅਸੀਂ ਸਾਰੀ ਰਾਤ ਜਾਗਦੇ ਰਹੇ ਵੀ ਕਿਤੇ ਫੋਨ ਆ ਜੇ, ਕਿਤੇ ਫੋਨ ਆ ਜੇ, ਪਰ ਗੱਲ ਉਹ ਵੀ ਨਹੀਂ। ਇੱਕ ਵਾਰੀ ਕਾਲ ਹੁੰਦੀ ਸੀ ਅਤੇ ਉਹ ਵੀ ਜਿਹਦੀ ਹੋ ਜਾਂਦੀ ਸੀ, 60-65 ਜਾਣੇ 30 ਜਾਣੇ ਤਾਂ ਅਸੀਂ ਇਕੱਠੇ ਰਹੇ ਹਾਂ 1.25 ਮਹੀਨਾ, ਅਤੇ ਵੀ 30 ਜਾਣਿਆਂ 'ਚ ਜਿਹਦੀ ਹੋ ਜਾਂਦੀ ਸੀ ਹੋ ਜਾਂਦੀ, ਜਿਹਦੀ ਨਹੀਂ ਸੀ ਹੁੰਦੀ ਕਈ ਵਾਰੀ ਉਹ ਫੋਨ ਖੋ ਕੇ ਲੈ ਜਾਂਦੀ ਸੀ। ਤੁਹਾਡੇ ਮੋਬਾਈਲ ਖੋਲ੍ਹੇ ਸੀਗੇ? ਮੋਬਾਈਲ ਹੈ ਹੀ ਨਹੀਂ ਸੀ ਉਸ ਟਾਈਮ ਜੀ। ਹਾਂਜੀ, ਉਦੋਂ ਲੈਂਡਲਾਈਨ ਹੀ ਫੋਨ ਸੀ, ਪਾਸਪੋਰਟ ਸੀ ਇੱਕ, ਜਿਹੜੀ ਸਾਡੇ ਕੋਲ ਇੰਡੀਅਨ ਕਰੰਸੀ ਸੀ ਉਹ, ਅਸੀਂ ਮਾਸਕੋ ਬਾਬੇ ਨਾਨਕ ਦੀ ਫੋਟੋ ਸੀ, ਅਸੀਂ ਸਾਰੀ ਉੱਥੇ ਮੱਥਾ ਟੇਕ ਆਈ ਸੀ, ਅਤੇ ਉਹ ਇਹ ਹੁੰਦਾ ਸੀ ਸਿੱਖਾ ਵੀ ਉੱਥੇ ਜਿਹੜੇ ਬੈਠੇ ਸੀ ਸਿੱਖ ਇਹ ਕੀ ਕਰਦੇ ਹੋ ਫਿਰ, ਇਹਨਾਂ ਦੇ ਗੁਰਦੁਆਰੇ ਦਿੰਦੇ ਹੋ? ਕਹਿੰਦੇ ਨਹੀਂ, ਕਹਿੰਦੇ ਜਿਹੜਾ ਬੰਦਾ ਕੋਈ ਇੰਡੀਆ ਜਾਂਦਾ, ਕਹਿੰਦੇ ਇੱਥੇ ਜਿੰਨੀ ਲੋੜ ਹੁੰਦੀ ਹੈ ਉਹਨੂੰ ਉਹ ਚੱਕ ਕੇ ਲੈ ਜਾਂਦਾ। ਵੀ ਬਾਕੀ ਉੱਥੇ ਪਏ ਸੀ ਵਾਧੂ ਪੈਸੇ, ਜਿਵੇਂ ਬੰਦਾ ਇੰਡੀਆ ਤੋਂ ਆਉਂਦਾ ਉਹਦੀ ਜੇਬ 'ਚ ਹੁੰਦਾ ਹੀ ਹੈ ਖਰਚਾ,
ਉੱਥੇ ਵਾਧੂ ਪੈਸੇ ਪੈ ਜਾਂਦੇ। ਪਰ ਅਗਲਾ ਕਹਿੰਦਾ ਮੈਂ ਕਿਉਂ ਲੈ ਕੇ ਜਾਵਾਂ ਜੇਬ ਦੇ ਵਿੱਚ। ਉਦੋਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਵੀ ਅੱਜ ਵੀ ਪੈਸੇ ਦੇ ਕੇ ਵੀ ਇਹ ਚੇਂਜ ਹੋ ਜਾਣਗੇ ਜਾਂ ਆਪਾਂ ਜੇਬ 'ਚ ਰੱਖੀਏ ਵੀ ਚਾਹੇ। ਚਲੋ ਉਦੋਂ ਇੱਥੇ ਪਰਾਗ ਕਰੋਨੇ ਚੱਲਦੇ ਹੁੰਦੇ ਸੀ ਅਤੇ ਉਦੋਂ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਆਪਾਂ ਪੈਸੇ ਲਿਆਉਂਦੇ ਇੱਥੇ, ਆਪਾਂ ਚੇਂਜ ਕਰਾ ਕੇ ਕੋਈ ਖਾ ਪੀ ਤਾਂ ਸਕਦੇ ਸੀ। ਅਸੀਂ ਬਕਾਇਦਾ ਸਾਡੇ ਗਰੁੱਪ ਦੇ ਵਿੱਚ ਇੱਕ ਬੰਦਾ ਸੀ ਉਹਨੂੰ ਪਾਠ ਆਉਂਦਾ ਸੀ, ਮੇਰੇ ਕੋਟ ਦੀ ਜੇਬ ਦੇ ਵਿੱਚ ਇੱਕ ਪਾਣੀ ਦੀ ਬੋਤਲ ਹੁੰਦੀ ਸੀ ਉਹ ਸੁੱਚੀ ਰੱਖਦੇ ਸੀ। ਅਸੀਂ ਸਵੇਰ ਸ਼ਾਮ ਉਹਦੇ ਹੱਥ ਧਵਾ ਕੇ ਅਤੇ ਪਾਠ ਕਰਦੇ ਹੁੰਦੇ ਸੀ ਸਾਰੇ ਜਣੇ। ਉਹ ਬੰਦਾ ਸਾਰਾ ਪਾਠ ਕਰਦਾ ਸੀ, ਨਾਲੇ ਬੰਦਾ ਇਹ ਵੀ ਨਹੀਂ ਸੀਗਾ ਵੀ ਬੰਦਾ ਸੋਫੀ ਸੀ, ਉਹ ਅਲਕੋਹਲ ਉਹਨੇ ਵੀ ਪੀਤਾ ਸੀਗਾ, ਉਹ ਹੌਲਦਾਰ ਸੀ ਅਤੇ ਪਰ ਉਹ ਬੰਦਾ ਪਾਠ ਇੰਨਾ ਸ਼ੁੱਧ ਕਰਦਾ ਸੀ ਸਾਰੇ ਬੰਦੇ ਸੁਣਦੇ ਹੁੰਦੇ ਸੀ ਚੁੱਪ ਕਰਕੇ ਜੰਗਲ 'ਚ ਵੀ ਚਾਹੇ ਕਿਤੇ ਵੀ ਹੁੰਦੇ ਸੀਗੇ। ਹਰ ਰੋਜ਼ ਦੋ ਟਾਈਮ, ਸ਼ਾਮ ਨੂੰ ਵੀ ਉਹਨੇ ਰਹਿਤ ਵਾਸਤੇ ਕਰਨਾ, ਸਵੇਰ ਜਪਜੀ ਸਾਹਿਬ ਦਾ ਕਰਨਾ ਅਤੇ ਸਾਰੇ ਜਣੇ ਸੁਣਦੇ ਹੁੰਦੇ। ਅਤੇ ਮਾਫੀ ਵਾਲੇ ਨੇ ਜੇ ਕਈ ਵਾਰੀ ਕਿਤੇ ਬੈਠੇ ਹੋਣਾ ਉਹਨਾਂ ਨੇ ਆ ਜਾਣਾ ਅਤੇ ਅਸੀਂ ਉਹਨਾਂ ਨੂੰ ਕਹਿਣਾ ਵੀ ਅਸੀਂ ਵੀ ਪ੍ਰੇਅਰ ਕਰਦੇ ਹਾਂ, ਚਲੋ ਮਾੜਾ ਮੋਟਾ ਤਾਂ ਸਮਝ ਹੀ ਜਾਂਦੇ ਸੀ ਅਤੇ ਉਹਨਾਂ ਨੇ ਕਹਿਣਾ ਕੋਈ ਨਹੀਂ ਕਰ ਲਓ ਜੋ ਕਰਨਾ। ਅਤੇ ਪਰ ਬਾਬਾ ਸਾਡੀ ਰੱਖਿਆ ਵੀ ਕਰਦਾ ਰਿਹਾ, ਸਾਡਾ ਸਾਰਾ ਗਰੁੱਪ ਸਹੀ ਪਹੁੰਚਿਆ ਅਤੇ ਅਸੀਂ ਪ੍ਰਾਗ ਜਾ ਕੇ ਤਕਰੀਬਨ ਅੱਡੋ ਅੱਡੀ ਹੋਏ। ਫਿਰ ਅਸੀਂ ਪ੍ਰਾਗ ਪਹੁੰਚ ਗਏ, ਪ੍ਰਾਗ ਪਹੁੰਚ ਕੇ ਅਤੇ ਕਮਰਿਆਂ ਦੀਆਂ ਤਾਂ ਤਕਲੀਫਾਂ ਬਹੁਤ ਆਈਆਂ ਰਸਤਿਆਂ ਦੇ ਵਿੱਚ ਵੀ, ਜਿਵੇਂ ਇੱਕ ਕਮਰਾ ਹੈ ਇੱਕ ਕਮਰੇ ਦੇ ਵਿੱਚ ਹੀ 60-65 ਜਾਣੇ। ਤੁਸੀਂ ਉਦੋਂ ਨਹਾਏ ਵੀ ਨਹੀਂ ਇੱਦਾਂ ਹੀ? ਇੱਕ ਮਹੀਨਾ 18 ਦਿਨਾਂ ਤੋਂ ਨਹਾਤੇ ਸੀ ਜਰਮਨ ਜਾ ਕੇ। ਜਦੋਂ ਉਸ ਧਰਤੀ 'ਤੇ ਪਹੁੰਚਦੇ ਹੋ ਇੰਨੀਆਂ ਤਕਲੀਫਾਂ ਲੈ ਕੇ, ਹੈ ਨਾ, ਉਹ ਕਿਹੜਾ ਬੰਨਾ ਸੀਗਾ? ਕਿਉਂਕਿ ਏਅਰਪੋਰਟ, ਓਬਵੀਅਸਲੀ ਏਅਰਪੋਰਟ ਰਾਹੀਂ ਤਾਂ ਤੁਸੀਂ ਜਾਓਗੇ ਨਹੀਂ, ਹੈ ਨਾ, ਉਹ ਸਰਹੱਦ ਰਾਹੀਂ ਤੁਸੀਂ ਗਏ ਹੋਵੋਗੇ। ਤਾਂ ਜਦੋਂ ਉੱਥੇ ਪਹੁੰਚੇ ਹੋ, ਜਦੋਂ ਉੱਥੇ ਪਹੁੰਚ ਕੇ ਲਾਗੇ ਆਲਾ ਦੁਆਲਾ ਦੇਖਿਆ, ਉਦੋਂ ਦਿਲ ਦੇ ਭਾਵ ਕੀ ਸੀ? ਉਦੋਂ ਮੈਂ ਪੱਕਾ ਰੋਏ ਤਾਂ ਪੱਕਾ ਹੀ ਹੋਵੋਗੇ, ਤਾਂ ਤੁਸੀਂ ਹੁਣ ਵੀ ਇਮੋਸ਼ਨਲ ਹੋ ਰਹੇ ਹੋ। ਉਹ ਪਤਾ ਕੀ ਹੋਇਆ ਮੈਡਮ, ਜਦੋਂ ਉੱਥੇ ਚਲੋ ਫਿਰ ਇੱਕ ਮੈਂ ਤੁਹਾਨੂੰ ਪ੍ਰਾਗ ਦੀ ਦੱਸਦਾ ਵੀ ਪ੍ਰਾਗ ਤੋਂ ਸਾਡੀ ਡੌਂਕੀ ਲੱਗਣ ਲੱਗੀ, ਉਹਨਾਂ ਨੇ ਕਿਹਾ ਵੀ 4 ਜਣੇ ਆ ਜਾਓ, ਕਿਉਂ ਵੀ ਜਰਮਨ ਦੇ ਵਿੱਚ ਇੰਟਰ ਕਰਨਾ। ਉਹਨਾਂ ਨੇ ਜੀ, ਅਸੀਂ ਸਾਰੇ ਜਣੇ ਉਸ ਦਿਨ ਚੌਲ ਬਣੇ ਸੀ ਸਾਡੇ, ਉਹਨਾਂ ਨੇ ਕੌਲੀਆਂ ਦੇ ਕੌਲੀਆਂ ਕਿਹੜੀਆਂ, 2 ਪਲੇਟਾਂ ਹੁੰਦੀਆਂ ਸੀ ਨਾ ਧੋਣੀਆਂ, ਉਹਨਾਂ ਦੇ ਵਿੱਚ ਹੀ ਖਾਣਾ ਵੀ। ਕਿਸੇ ਨੇ ਇਹ ਨਹੀਂ ਸੀਗਾ ਵੀ ਜਿਹੜਾ ਕੋਈ 3-5 ਕਰਦਾ ਸੀ ਉਹਨੂੰ ਕਹਿੰਦੇ ਸੀ ਵੀ ਆਪਦੇ ਕੱਪੜੇ ਨਾਲ ਪੂੰਝ ਲਾ, ਅਗਲਾ ਚੁੱਪ ਕਰ ਜਾਂਦਾ ਸੀਗਾ। ਉਹ ਚੌਲ ਮੈਂ ਖਾਣ ਲੱਗਿਆ ਅਤੇ ਇੱਕ ਉਹ ਅੰਕਲ ਸੀ, ਉਹਨੇ ਮੇਰੇ ਤੋਂ ਪਲੇਟ ਖੋਲੀ, ਕਹਿੰਦਾ ਤੇਰੀ ਡੌਂਕੀ ਲੱਗਣ ਲੱਗੀ ਹੈ ਤੈਨੂੰ ਚੌਲਾਂ ਦੀ ਪਈ ਹੈ। ਉਹਨੇ ਫੜ ਕੇ ਅਤੇ ਸਿੱਟ ਲੱਗਿਆ, ਮੈਂ ਨਾ ਸਿੱਟੀ ਯਾਰ, ਮੈਂ ਫੜ ਕੇ ਪਲੇਟ ਅਲਮਾਰੀ ਦੇ ਉੱਤੇ ਰੱਖਤੀ। ਚਲੋ ਜੀ, ਅਸੀਂ ਜੀ ਸਾਰਿਆਂ ਨੂੰ ਹੈਲੋ ਹਾਏ ਬਾਏ ਕਰਕੇ ਅਤੇ ਵੀ ਮੈਂ ਚੱਲਿਆ ਵੀ ਜਿਵੇਂ ਹੁਣ ਉਦਣ ਸਾਥ ਸਾਡਾ ਅਸੀਂ ਵਿਛੜ ਰਹੇ ਸੀ ਅਤੇ ਅਸੀਂ ਆਪਦਾ ਜਦੋਂ ਉੱਥੋਂ ਪ੍ਰਾਗ ਤੋਂ ਚੱਲੇ, ਉਹਨਾਂ ਨੇ ਸਾਡੀ ਇੱਕ ਟਰੱਕ ਟ੍ਰੇਨ ਦਾ ਡਰਾਈਵਰ ਸੀ ਉਹਦੇ ਨਾਲ ਉਹਨਾਂ ਨੇ ਸੈਟਿੰਗ ਕਰੀ ਸੀ ਵੀ ਟ੍ਰੇਨ ਦੇ ਰਾਹੀਂ ਤੁਹਾਨੂੰ ਉੱਥੇ ਪਹੁੰਚਾਉਣਾ ਸੀ, ਵੀ ਆਪਦੇ ਆਪ ਥੋੜ੍ਹੇ ਫਰੋਜ ਹੋ ਗਏ ਵੀ ਟ੍ਰੇਨ 'ਤੇ ਹੀ ਜਾਣਾ ਹੁਣ। ਸਾਨੂੰ ਤਾਂ ਇਹ ਪਤਾ ਨਹੀਂ ਸੀ ਟ੍ਰੇਨ 'ਤੇ ਜਾਣਾ ਕਿਵੇਂ ਹੈ। ਟ੍ਰੇਨ ਦੇ ਜਿਹੜਾ ਸੈਂਟਰ ਹੁੰਦਾ ਜਿੱਥੇ ਟ੍ਰੇਨ ਚੇਂਜ ਹੁੰਦੀ ਹੈ, ਉੱਥੇ ਜਿਹੜੀਆਂ ਚੇਨਾਂ ਹੁੰਦੀਆਂ ਸਾਨੂੰ ਉਹਦੇ ਉੱਤੇ ਖਿਲਾਰਿਆ, ਸਕਰਿਊ ਸੀ ਖੋਲ੍ਹ ਕੇ ਉਹਦੇ ਵਿੱਚ ਖਿਲਾਰ ਕੇ ਫਿਰ ਸਕਰਿਊ ਲਾਤੇ ਸਾਨੂੰ ਸਾਰੀ ਰਾਤ, ਸਾਰਾ ਦਿਨ। ਰਾਤ ਨੂੰ ਚੱਲਣੀ ਸੀ ਟ੍ਰੇਨ, ਪਹਿਲਾਂ ਰਾਤ ਨੂੰ ਤਾਂ ਜਾ ਕੇ ਉਹਨਾਂ ਨੇ ਖਿਲਾਰਿਆ, ਸਾਰਾ ਦਿਨ ਟ੍ਰੇਨ ਦੇ ਵਿੱਚ ਖੜ੍ਹੇ ਰਹੇ ਭੁੱਖੇ ਭਾਣੇ, ਵਿੱਚ ਟੇਢੇ ਹੋ ਜਾਂਦੇ ਸੀ ਟ੍ਰੇਨ ਦੇ ਨਾਲ ਹੀ, ਉੱਥੇ ਅਸੀਂ ਖੜ੍ਹੇ ਰਹੇ ਜਦੋਂ ਉੱਥੇ ਖਿਲਾਰਿਆ। ਸ਼ਾਮ ਨੂੰ ਸਾਨੂੰ ਦੁਬਾਰਾ ਖੋਲ੍ਹਿਆ, ਉਦੋਂ ਇਹ ਤਾਂ ਪਤਾ ਲੱਗਦਾ ਸੀਗਾ ਵੀ ਗੱਡੀ ਚੱਲੀ ਨਹੀਂ। ਜਦੋਂ ਸਾਨੂੰ ਖੋਲ੍ਹਿਆ ਅਤੇ ਸਾਨੂੰ ਕੋਈ ਸਮਝ ਨਾ, ਮਾਫੀ ਵਾਲੇ ਸੀਗੇ, ਸਾਨੂੰ ਵਾਪਸ ਲਿਆਂਦਾ। ਵਾਪਸ ਲਿਆ ਕੇ ਅਤੇ ਜਦੋਂ ਅਸੀਂ ਉੱਥੇ ਧੱਕੇ ਧੁੱਕੇ ਖਾ ਕੇ ਅਤੇ ਕਮਰੇ ਦੇ ਵਿੱਚ ਪਹੁੰਚਿਆ ਦੁਬਾਰਾ ਮੈਂ ਉੱਥੇ ਕਮਰੇ ਦੇ ਵਿੱਚ, ਵੀ ਉਹਨਾਂ ਨੇ ਸਾਨੂੰ ਕਹਿੰਦੇ ਵੀ ਹੁਣ ਨਹੀਂ ਵੀ ਤੁਹਾਡਾ ਅੱਜ ਕੰਮ ਬਣਦਾ। ਚਲੋ ਕਮਰੇ ਦੇ ਵਿੱਚ ਆ ਗਏ, ਪਹਿਲਾਂ ਤਾਂ ਗੇਟ ਨਾ ਖੋਲ੍ਹਣ ਕਮਰੇ ਵਾਲੇ, ਫਿਰ ਕਮਰਾ ਵੀ ਕਿਹੜਾ ਕੋਈ ਨਿਸ਼ਾਨੀ ਸੀਗੀ ਵੀ ਸਾਡੇ ਘਰ ਦੇ ਕੋਲ ਇੱਕ ਟ੍ਰੇਨ ਰਾਊਂਡ ਲੈਂਦੀ ਸੀ, ਪਹਿਲਾਂ ਤਾਂ ਉਹ ਟ੍ਰੇਨ ਦੇ ਦੂਜੇ ਸਿਰੇ 'ਤੇ ਗਏ, ਫਿਰ ਉੱਥੋਂ ਮੁੜ ਕੇ ਅਸੀਂ ਦੂਸਰੇ ਸਿਰੇ 'ਤੇ ਆਏ, ਫਿਰ ਉੱਥੋਂ ਮੈਂ ਘਰ ਪਹੁੰਚ ਗਿਆ। ਨਾਲ ਦੇ ਕਮਰਾ ਨਾ ਖੋਲ੍ਹਣ, ਕਹਿੰਦੇ ਪੁਲਿਸ ਹੋਊਗੀ। ਫਿਰ ਇੱਕ ਦੋ ਵਿੱਚ ਬੰਦੇ ਜਿਵੇਂ ਹੁੰਦੇ ਹੀ ਆ, ਕਹਿੰਦੇ ਵੀ ਜੇ ਪੁਲਿਸ ਵੀ ਤਾਂ ਗੇਟ ਖਿਲਾ ਲੂਗੀ। ਉਹਨਾਂ ਨੇ ਫਿਰ ਸਾਨੂੰ ਦੁਬਾਰਾ ਉਹਦੇ ਵਿੱਚ ਕਰ ਗੇਟ ਖੋਲ੍ਹ ਲਿਆ, ਮੈਂ ਅੰਦਰ ਜਾਂਦਾ ਰਿਹਾ। ਅੰਦਰ ਜਾਂਦੇ ਰਹੇ ਅਸੀਂ ਉੱਥੇ ਅਤੇ ਚਲੋ ਜੀ ਸਾਰੇ ਪੁੱਛਣ ਲੱਗ ਪਏ ਕੀ ਹੋ ਗਿਆ ਕੀ ਹੋ ਗਿਆ। ਅੱਛਾ, ਉਹਨਾਂ ਦੇ ਵਿੱਚੋਂ ਕੀ ਹੋਇਆ, 3 ਜਿਹੜੇ ਮੇਰੇ ਨਾਲ ਦੇ ਸੀਗੇ ਜਦੋਂ ਅਸੀਂ ਉੱਥੇ, ਉਹਨਾਂ ਨੂੰ ਪਤਾ ਨਹੀਂ ਕਦੋਂ ਕੱਢਿਆ, ਮੈਂ ਇਕੱਲਾ ਰਹਿ ਗਿਆ ਉਹਨਾਂ 'ਚੋਂ। ਵੀ ਉਹ ਕੱਢੇ ਕਿ ਨਹੀਂ ਕੱਢੇ ਜਾਂ ਕੀ ਬਣਿਆ ਉਹਨਾਂ ਦੇ ਨਾਲ, ਉਹਨਾਂ ਦਾ ਨਹੀਂ ਮੈਨੂੰ ਪਤਾ ਲੱਗਿਆ, ਮੈਨੂੰ ਮੇਰੇ ਇਕੱਲੇ ਦਾ ਹੀ। ਮੈਂ ਉੱਥੋਂ ਜੀ ਜਦੋਂ ਕਮਰੇ ਦੇ ਵਿੱਚ ਪਹੁੰਚ ਕੇ ਅਤੇ ਮੈਂ ਕੁਛ ਖਾਣ ਨੂੰ ਹੈਗਾ, ਪਹਿਲਾਂ ਤਾਂ ਰੋਇਆ, ਸਾਰੇ ਹੀ ਰੋਏ। ਫਿਰ ਉਹ ਕਹਿੰਦੇ ਨਾ, ਕਹਿੰਦੇ ਤੈਨੂੰ ਪਤਾ ਹੀ ਇੱਥੇ ਹੁੰਦਾ ਕੀ ਹੈ, ਕਹਿੰਦੇ ਵੀ ਉਹ ਹੀ ਹੁੰਦਾ ਜੋ ਹੁੰਦਾ ਖਾ ਲੈਂਦੇ ਹਾਂ। ਫਿਰ ਉਹਨਾਂ ਨੇ, ਮੈਂ ਕਿਹਾ ਓਏ ਖੜ੍ਹ ਯਾਰ ਇੱਕ ਮਿੰਟ, ਮੈਂ ਉੱਥੇ ਅਲਮਾਰੀ ਦੇ ਵੇਖਿਆ ਤਾਂ ਚੌਲ ਉਹੀ ਪਏ।
मैं फिर उत्तों जिन्ने चौल से उन्होंने उल्ली लगी सी, फिर वह लाए ला के सीटे उतले उतले एवं थले वाले मैं सारे खाधे। सारे मैनू कहते की हो तो जरा अंकल साढ़े च वड्डी उम्र का वह फिर कहन लग्या कहिंदा चौल लैके आए वापस। मैं फिर वह चौल खाधे वा फिर सारे रोए। किसी ने जिमें मान लो भी सारे कहानियां पूछन लग पे तू किथे गया की होया। फिर मैं दस्या मैं हैं करके ट्रेन दे खड़ा रहा। मैं खाई डर लगी गया भी कितने ट्रेन चल पे मेरी लत ना आ जाए विच भी पैर ना आ जाए भी पैर तिलक जे नींद आ जाए। तो कहिंदे फिर मैं फिर कहीं रात नूं कढ़ लिया। कहिंदे दूजे मैं दूजे पता नहीं यार भी दूजिया नूं वो बाद च जिवें जिवें फिर बंदे कितने ना कितने एक दो जर्मन जाके फिर मिले उन्हां राहीं पता लग्या भी वह एक मैं प्राग जांदा रहा उन्हां नूं बरनू शहर लै गए। उत्थे इह नहीं हुंदा सीगा भी जिवें आपां इत्थे पशू वाला काम है भी इस मंडी च पशु नहीं विकिया तो दूजी मंडी च आपां लै गए। ब ए एक आम साडी कहानी सी कुछ पता नहीं हुंदा भी किवें हैगे किवें नहीं। जर्मन दे विच जित्थों देखिया सुपना देखिया सीगा पहुंचांगे बड़े धक्के तौड़े खा के जदों पहुंच ही गए उत्थे फिर उदों मन च की आया कि शुकराना भी कीता होगा परमात्मा दा शुकर पहुंचे आ तां कोई लैण आया या फिर उत्थे भी स्ट्रगल करना पिया। नहीं उत्थे भी जदों असीं जर्मन दे विच कम्युनिस्ट शहर दे विच असीं एंटर होए पहलां तां सानूं कोई यकीन जां नहीं आया क्योंकि उत्थे कहड़ा भी अपने वांगू भी इत्थे बॉर्डर है जां भी कोई चीज़ सीगी। ਅਸੀਂ ਜਦੋਂ ਕੈਮਨਿਸਟ ਪਹੁੰਚੇ ਕੈਮਨਿਸਟ ਪਹੁੰਚ ਕੇ ਤਾਂ ਸਾਨੂੰ ਕੋਈ ਸਮਝ ਨਾ ਆਵੇ ਵੀ ਅਸੀਂ ਹੁਣ ਕੀ ਕਰੀਏ। ਸਾਨੂੰ ਸਿਰਫ ਇੱਕ ਥੋੜ੍ਹਾ ਜਿਹਾ ਉੱਥੇ ਜਾ ਕੇ ਸਾਨੂੰ ਐਂ ਲੱਗਿਆ ਵੀ ਕੋਈ ਇਨਸਾਨੀ ਏਜੰਟ ਨੇ ਸਾਨੂੰ 50-50 ਮਾਰਕ ਦਿੱਤੇ ਡੁੱਚ ਮਾਰਕ। ਅਸੀਂ ਆਖਿਆ ਵੀ ਇਹ ਕਿਉਂ ਉੱਥੇ ਬੰਦਾ ਉਹਨੇ 50-50 ਮਾਰਕ ਸਾਨੂੰ ਦੇ ਤੇ। ਕਹਿੰਦੇ ਵੀ ਤੁਹਾਡੀ ਟਿਕਟ ਹੈ ਇਹ। ਅਸੀਂ ਕੈਮਨਿਸਟ ਪਹੁੰਚ ਕੇ ਸਟੇਸ਼ਨ 'ਤੇ ਗਏ। ਸਟੇਸ਼ਨ ਤੋਂ ਅਸੀਂ ਜਿਵੇਂ ਵੀ ਧੱਕੇ ਖਾਧੇ ਫਿਰਦੇ ਰਹੇ ਨਾ ਕੋਈ ਸਮਝ। ਉੱਥੇ ਅਸੀਂ ਸਾਨੂੰ ਪੁਲਿਸ ਵਾਲਿਆਂ ਨੇ ਜਰਮਨ ਵਾਲਿਆਂ ਨੇ ਚੈੱਕ ਕਰ ਲਿਆ। ਕਹਿੰਦੇ ਡਾਕੂਮੈਂਟ ਅਸੀਂ ਕੁਛ ਨਹੀਂ। ਉਹਨਾਂ ਨੇ ਫਿਰ ਸਾਨੂੰ ਆਪਦੇ ਜਿੱਥੇ ਸਟੇਅ ਦਿੰਦੇ ਆ ਉਹ UNO ਦੇ ਅੰਡਰ ਥਰੂ ਮਿਲਦਾ ਹੈ ਫਿਰ ਸਾਨੂੰ ਆਪਦੇ ਉੱਥੇ ਲੈ ਗਏ। ਉੱਥੇ ਉਹਨਾਂ ਨੇ ਦੋ ਰਾਤਾਂ ਰੱਖੀਆਂ। ਦੋ ਰਾਤਾਂ ਰੱਖਣ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਸਾਨੂੰ ਕਹਿੰਦੇ ਵੀ ਤੁਸੀਂ ਹੁਣ ਜਾ ਕੇ ਫਲਾਣੀ ਜਗ੍ਹਾ 'ਤੇ ਕੇਸ ਕਰਾਓ ਵੀ ਤੁਹਾਨੂੰ ਕੀ ਪ੍ਰੋਬਲਮ ਹੈ। ਅਸੀਂ ਉੱਥੋਂ ਆਪਸ ਜਿਵੇਂ ਮੰਨ ਲਓ ਮੇਰਾ ਫਰੈਂਡ ਪਹਿਲਾਂ ਪਹੁੰਚਿਆ ਸੀ ਉੱਥੇ ਮੈਂ ਉਹਨੂੰ ਫੋਨ ਕਰਿਆ ਵੀ ਨੰਬਰ ਯਾਦ ਹੋ ਹੀ ਗਿਆ ਸੀ ਅਤੇ ਉਹਨੂੰ ਫੋਨ ਕਰਿਆ। ਉਹ ਕਹਿੰਦਾ ਇੱਥੇ ਨਾ ਲਈ ਕਹਿੰਦਾ ਤੂੰ ਚੁੱਪ ਕਰਕੇ ਟ੍ਰੇਨ 'ਤੇ ਚੜ੍ਹੋ ਅਤੇ ਵੀ ਇੱਥੇ ਆ ਜਾਓ। ਅਸੀਂ ਉੱਥੋਂ ਫਿਰ ਜਿਉਂ ਟ੍ਰੇਨ 'ਤੇ ਦੁਬਾਰਾ ਜਿਹੜੇ ਪੈਸੇ ਸੀਗੇ ਉਹਦੇ ਰਾਹੀਂ ਉਹ ਕਹਿੰਦੀ ਵੀ ਕਿੱਥੇ ਜਾਣਾ ਅਸੀਂ ਕਿਹਾ ਸਟੁੱਟਗੜ੍ਹ। ਅਸੀਂ ਵੀ ਸ਼ਹਿਰ ਜਿਹੜਾ ਉਹਨੇ ਦੱਸਿਆ ਅਤੇ ਅਸੀਂ ਸਟੁੱਟਗੜ੍ਹ ਜਦੋਂ ਪਹੁੰਚ ਗਏ ਅਤੇ ਉੱਥੋਂ ਟੈਕਸੀ ਕਰਕੇ ਅਤੇ ਫਿਰ ਵਾਪਸ ਜਿਹੜਾ ਉਸ ਨਾਲ ਗੱਲ ਕਰਾਈ। ਪਹਿਲਾਂ ਤਾਂ ਡਰਦੇ ਗੱਲ ਨਾ ਕਰਵਾਈਏ ਵੀ ਅਸੀਂ ਆਖਿਆ ਵੀ ਕਿਤੇ ਉਹ ਨਾ ਹੋਵੇ ਵੀ ਪੁਲਿਸ ਉਹਨਾਂ ਨੂੰ ਤੰਗ ਕਰੇ ਜਾਂ ਕਿਸੇ ਤਰੀਕੇ। ਡਰ ਤਾਂ ਡਰ ਹੀ ਹੁੰਦਾ। ਉੱਥੋਂ ਫਿਰ ਅਸੀਂ ਉਹਨਾਂ ਦੇ ਕੋਲ ਉਹ ਘਰ ਪਹੁੰਚੇ। ਅਸੀਂ 4 January 2001 ਦੇ ਵਿੱਚ ਸਟਰਗਲ ਕਰਨ ਤੋਂ ਬਾਅਦ। ਅੱਛਾ ਮੈਨੂੰ ਇਹ ਵੀ ਦੱਸੋ ਕਿ ਜਦੋਂ ਮੈਂ ਬਹੁਤ ਵਾਰੀ ਸੁਣਿਆ ਜਦੋਂ ਅਸੀਂ ਇੱਦਾਂ ਦੀਆਂ ਡੋਂਕੀਆਂ ਲਾਉਣੀਆਂ ਹੁੰਦੀਆਂ ਉੱਥੇ ਕੁੱਟਮਾਰ ਵੀ ਬਹੁਤ ਪੈਂਦੀ ਆ ਕੁੱਟਦੇ ਵੀ ਬਹੁਤ ਹੈਗੇ ਆ ਕਿ ਤੁਹਾਡੇ ਨਾਲ ਵੀ ਤੁਹਾਨੂੰ ਵੀ ਕਦੇ ਹੋਇਆ ਕਿ ਤੁਹਾਨੂੰ ਵੀ ਕੁੱਟ ਪਈ ਇੱਦਾਂ ਕਰੀ? ਹਾਂਜੀ ਕੁੱਟ ਸਾਰਿਆਂ ਨੂੰ ਹੀ ਪੈਂਦੀ ਸੀ। ਕੁੱਟਦਾ ਕੀ ਬਣਿਆ ਇੱਕ ਵਾਰੀ ਜਦੋਂ ਪ੍ਰਾਗ ਨੂੰ ਅਸੀਂ ਐਂਟਰ ਹੋਣਾ ਸੀ ਅਤੇ ਅਸੀਂ ਕਮਰੇ ਦੇ ਵਿੱਚ ਬੈਠੇ ਸੀਗੇ ਅਤੇ ਸਾਨੂੰ ਪਤਾ ਲੱਗਿਆ ਵੀ ਦੂਸਰਾ ਵੀ ਜਾ ਰਹੇ ਹੈ। ਚਾਰ ਪਹਿਲਾਂ ਚਲੇ ਗਏ ਜੋ ਦੂਜੇ ਚਾਰ ਜਾਣ ਲੱਗੇ। ਮੈਂ ਕਿਹਾ ਯਾਰ ਇੰਨੇ ਜਾਣੇ ਆ ਕਦੋਂ ਵਾਰੀ ਆਊਗੀ। ਮੈਂ ਵੀ ਉੱਠ ਕੇ ਤੁਰ ਪਿਆ। ਮੈਂ ਕਿਹਾ ਚੱਲੀਏ। ਉਹਨੇ ਕੀ ਕਰਿਆ ਮਾਫੀ ਵਾਲੇ ਨੇ ਵੀ ਵੇਖਿਆ ਵੀ ਚਾਰ ਤਿੰਨ ਪਿੱਛੇ ਬਹਿ ਗਏ ਇੱਕ ਅੱਗੇ ਡਰਾਈਵਰ ਨਾਲ ਬਹਿ ਗਿਆ ਚਾਰ ਬਹਿ ਗਏ। ਉਸਨੇ ਕੀ ਕਰਿਆ ਮੈਨੂੰ ਫੜਿਆ ਮੇਰੇ ਪਹਿਲਾਂ ਤਾਂ ਦੋ ਤਿੰਨ ਲਾਈਆਂ। ਫਿਰ ਉਹਨੇ ਡਿੱਗੀ ਚੱਕੀ ਬੈਕ ਉਹਦੇ ਵਿੱਚ ਚੱਕ ਕੇ ਅਤੇ ਮੈਨੂੰ ਗਲ ਤੋਂ ਅਤੇ ਪੈਂਟ ਤੋਂ ਫੜ ਕੇ ਅਤੇ ਡਿੱਗੀ ਦੇ ਵਿੱਚ ਮਾਰਿਆ ਅਤੇ ਨਾਲੇ ਮੇਰੇ ਲੱਤ ਮਾਰੀ ਨਾਲੇ ਉੱਤੋਂ ਟੱਕਣ ਲਾਤਾ। ਆਪਾਂ ਚੁੱਪ ਕਰਕੇ ਬੈਠੇ ਤੇ ਚਲੋ ਫਰਕ ਇਹ ਪੈ ਗਿਆ ਵੀ ਜਿਹੜੇ ਉਹ ਬੰਦੇ ਮੇਰੇ ਨਾਲ ਦੇ ਸੀ ਉਹ 4-5 ਦਿਨਾਂ ਬਾਅਦ ਪਹੁੰਚੇ। ਮੈਂ ਕੁੱਟ ਖਾ ਕੇ 4-5 ਦਿਨ ਪਹਿਲਾਂ ਪਹੁੰਚ ਗਿਆ ਅਤੇ ਉਹ ਉੱਥੇ ਜੰਗਲ 'ਚ ਬੈਠੇ ਰਹੇ ਅਤੇ ਬਾਕੀ ਕੁੱਟ ਖਾ ਕੇ ਅਤੇ ਅਸੀਂ ਉੱਥੇ ਕੁੱਟ ਤਾਂ ਤਕਰੀਬਨ ਸਾਰਿਆਂ ਬੰਦਿਆਂ ਦੀ ਹੀ ਪੈਂਦੀ ਸੀ। ਜੇ ਗਲਤੀ ਇੱਕ ਕਰਦਾ ਉਹਦੇ ਅੜਿੱਕਾ ਮੈਂ ਆ ਗਿਆ ਅਤੇ ਮੇਰੇ ਪੈ ਜਾਣੇ। ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਗਾ ਵੀ ਇਹ ਇਸ ਦੀ ਗਲਤੀ ਹੈ ਜਾਂ ਇਹਦੀ ਗਲਤੀ ਹੈ। ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਆਪਾਂ ਇਹ ਡਰਾਈਏ। ਜਿਵੇਂ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੁੰਦੀਆਂ ਫਿਰ ਉੱਥੇ ਤੁਹਾਨੂੰ ਰੋਟੀ ਨਹੀਂ ਮਿਲਣੀ ਭੁੱਖਣ ਪਾਣੇ ਜੋ ਦਿਲ ਆਇਆ ਐਂ ਵੀ ਹੋਇਆ ਕਿ ਜਦੋਂ ਤੁਸੀਂ ਕਹਿੰਦੇ ਜੰਗਲਾਂ ਦੇ ਵਿੱਚੋਂ ਗੁਜ਼ਰਦੇ ਸੀ ਤੁਸੀਂ ਕਿਹਾ ਸੇਬ ਮਿਲੇ ਅਸੀਂ ਖਾਧੇ ਨਹੀਂ। ਕਈ ਵਾਰ ਕਈਆਂ ਨੂੰ ਜਿੰਨੀਆਂ ਕਹਾਣੀਆਂ ਸੁਣਦੇ ਆ ਕਹਿੰਦੇ ਸਾਨੂੰ ਪੱਤੇ ਵੀ ਖਾਣੇ ਪੈਂਦੇ ਸੀ ਜੰਗਲਾਂ ਦੇ ਅਸੀਂ ਬੜਾ ਔਖਾ ਸੀਗਾ ਹੈ ਨਾ ਉਹ ਟਾਈਮ ਗੁਜ਼ਾਰਿਆ। ਪਰ ਜਿੱਦਾਂ ਤੁਸੀਂ ਨਹਾਉਂਦੇ ਤਾਂ ਹੈ ਨਹੀਂ ਨਹਾਉਣ ਲਈ ਪਾਣੀ ਨਹੀਂ ਸੀ ਤੁਹਾਡੇ ਕੋਲ
पर जो साड़ी के कुदरत दा नियम आ है ना जंगल पानी जाना ए, 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 फिर किदा है बड़ा औखा हो गया है नहाने लिए पानी नहीं तो फिर उत्थे तुहानू किदा पानी मिलता रहा मैडम ये तो जी सब तो माड़ा टाइम सी जी उस उन्हां दिनां दा कमरे दे विच कॉर्नर दे विच ड्रम रख दिंदे सी वढ़ के नाल मुंडे बैठे हुंदे सी उत्थे ये तो पता नहीं हुंदा वी किहड़ा कित्थे बह गया उत्थे बह जाणा उत्थे लैटरिन करो कपड़ा बन्निया हुंदा सीगा ते बाद दे विच वी कोई पानी तक बहुत दूर आ जी उत्थे हुंदा ही नहीं सीगा जी उवें आपदा हत्थ धो कीने धोणे आ ते कीने करने आ कख नहीं सी हुंदा उत्थे कमरे दे जिहड़ा नाल बैठा हुंदा सी उह बंदे विचारे दा ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਤਾਂ ਇੱਕ ਦੂਸਰੇ ਕੋਨੇ 'ਤੇ ਆ ਉਹਨੂੰ ਫਰਕ ਹੈ ਜਿਹੜਾ ਇੱਕ ਜਮਾਂ ਹੀ ਨਾਲ ਬੈਠਾ ਉਹਦੇ ਕੀ ਹਾਲਾਤ ਬੀਤਦੇ ਹੋਣਗੇ ਉਸ ਬੰਦੇ 'ਤੇ ਤੁਸੀਂ ਐਂ ਕਹਿ ਸਕਦੇ ਕਿ ਤੁਸੀਂ ਜਿਉਂਦੇ ਹੀ ਨਰਕ ਵੇਖਾਏ ਫਿਰ ਇਹ ਵੀ ਹੋ ਗਿਆ ਫਿਰ ਇੱਕ ਥਾਂ 'ਤੇ ਸਭ ਤੋਂ ਇਦੋਂ ਵੀ ਮੰਦਾ ਗੱਡੀ ਆ ਗਈ ਗੱਡੀ ਦੇ ਵਿੱਚ ਉਹਨਾਂ ਨੇ ਜਦੋਂ ਚੇਂਜ ਕਰਦੇ ਸੀ ਨਾ ਕਈ ਵਾਰੀ ਕਮਰਾ ਹੀ ਚੇਂਜ ਕਰਦੇ ਸੀ ਉਦੋਂ ਇੱਕ ਗੱਡੀ 'ਚ ਲੈ ਜਾਂਦੇ ਸੀ ਸਾਰਿਆਂ ਨੂੰ ਉਹ ਇੱਕ ਦੋ ਥਾਵਾਂ 'ਤੇ ਉਹ ਜਿਹਾ ਵੀ ਟਾਈਮ ਆਇਆ ਵੀ ਇੱਕ ਗੱਡੀ ਦੇ ਵਿੱਚ ਸਾਰਿਆਂ ਨੂੰ ਉਹਨੇ ਖਿਲਾਰ ਲਿਆ 8-10 ਘੰਟੇ ਗੱਡੀ ਲਈ ਗਏ ਜਿਹੜੇ ਬੰਦੇ ਖੜ੍ਹੇ ਸੀ ਉਹ ਬਹਿ ਜਾਂਦੇ ਸੀ ਜਿਹੜੇ ਬੈਠੇ ਹੁੰਦੇ ਸੀ ਉਹ ਖੜ੍ਹੇ ਹੋ ਜਾਂਦੇ ਸੀ ਹੁਣ ਬੰਦਾ ਕਿੰਨਾ ਚਿਰ ਤੱਕ ਖੜ੍ਹਾ ਰਹੂਗਾ ਅਤੇ ਜਦੋਂ ਰਸਤੇ ਦੇ ਵਿੱਚ ਤੰਗ ਤਾਂ ਵਾਲੀ ਤਾਂ ਉਹਨਾਂ ਦੀ ਕੋਈ ਕਮੀ ਨਹੀਂ ਸੀ ਇੱਕ ਜਦੋਂ ਅਸੀਂ ਕੀਵ ਤੋਂ ਸਲਵਾਕੀਆ ਵਿੱਚ ਆ ਰਹੇ ਸੀ ਉਦੋਂ ਵੈਨ ਦੇ ਉੱਪਰ ਪਾ ਕੇ ਲੈ ਕੇ ਜਾਂਦੇ ਸੀ ਥੱਲੇ ਉਹਨਾਂ ਨੇ ਆਪਦਾ ਟੂਰਿੰਗ ਦਾ ਕੰਮ ਕਰਿਆ ਹੁੰਦਾ ਸੀਗਾ ਵੀ ਟੂਰ ਹੋ ਰਿਹਾ ਵੀ ਅਸੀਂ ਟੂਰ 'ਤੇ ਜਾ ਰਹੇ ਹਾਂ ਅਤੇ ਵੈਨ ਦੇ ਉੱਤੇ ਪਾ ਕੇ ਸਾਰਿਆਂ ਜਣਿਆਂ ਨੂੰ ਲੱਤਾਂ ਨਾਲ ਨੱਪ ਨੱਪ ਕੇ ਬੰਦੇ ਪਾ ਕੇ ਲੈ ਕੇ ਜਾਂਦੇ ਸੀ ਇਹੋ ਜਿਹਾ ਹਾਲਾਤ ਸੀਗੇ ਵੀ ਜੇ ਕੋਈ ਪਿਸ਼ਾਬ ਕਰਦੇ ਤਾਂ ਸਾਰੇ ਹੀ ਭਿੱਜਦੇ ਸੀ ਉਸ ਦੇ ਨਾਲ ਗੱਡੀ ਦੇ ਵਿੱਚ ਪਰ ਕੋਈ ਹੱਲ ਨਹੀਂ ਸੀ ਹੁੰਦਾ ਇੰਨਾ ਕੁਛ ਦੇਖਣ ਤੋਂ ਬਾਅਦ ਉਦੋਂ ਕੰਨੀ ਹੱਥ ਲੱਗੇ ਕਿ ਬਸ ਕਿਸ ਤਰੀਕੇ ਨਾਲ ਇਹ ਪਹੁੰਚ ਜਾਈਏ ਵਿਦੇਸ਼ ਦਾ ਸੁਪਨਾ ਤਾਂ ਕਦੇ ਕੋਈ ਦੇਖਿਆ ਹੀ ਨਾ ਮੈਡਮ ਵਿਦੇਸ਼ ਦਾ ਤਾਂ ਸੁਪਨਾ ਕਿ ਵਿਦੇਸ਼ ਆਉਂਦਾ ਨਹੀਂ ਸੀ ਐਂ ਹੁੰਦਾ ਸੀ ਵੀ ਅਸੀਂ ਪਹੁੰਚਾਂਗੇ ਵਿਦੇਸ਼ ਤਾਂ ਬਹੁਤ ਦੂਰ ਦਾ ਸੀ ਵੀ ਉਦੋਂ ਐਵੇਂ ਹੁੰਦਾ ਸੀ ਵੀ ਯਾਰ ਆਪਾਂ ਪਹੁੰਚ ਜਾਂਗੇ ਕਿਤੇ ਤਾਂ ਕਿ ਨਾ ਜਿਵੇਂ ਰਾਹ ਦੇ ਵਿੱਚ ਲਾਸ਼ਾਂ ਵੇਖੀਆਂ ਅਤੇ ਹਾਲਾਤ ਵੇਖੇ ਭੁੱਖੇ ਰਹੇ ਉਹ ਚੀਜ਼ਾਂ ਦੇ ਹਿਸਾਬ ਨਾਲ ਤਾਂ ਸਾਨੂੰ ਕੁਛ ਵੀ ਪਹੁੰਚ ਜਾਂਗੇ ਪਰ ਇਹ ਪਰਮਾਤਮਾ ਦੀ ਕਿਰਪਾ ਲਾ ਲਓ ਜਾਂ ਜਿਵੇਂ ਵੀ ਬਾਬੇ ਨਾਨਕ ਦੇ ਨਾਲ ਵੀ ਸਾਰੇ ਜਣੇ ਸਹੀ ਪਹੁੰਚ ਗਏ ਸੀਗੇ ਤੁਹਾਡੀ ਮਦਰ ਕਹਿੰਦੇ ਕਿ ਬੇਟਾ ਨਾ ਆਪਣੀ ਮਾਂ ਦੇ ਬੜਾ ਕਲੋਜ਼ ਹੁੰਦਾ ਹੈ ਨਾ ਮੰਮਾ ਨਾਲ ਬੜੀਆਂ ਗੱਲਾਂ ਹੁੰਦੀਆਂ ਨੇ ਅਤੇ ਮਾਤਾ ਨੂੰ ਉਮੀਦ ਸੀਗੀ ਕਿ ਮੇਰਾ ਪੁੱਤ ਪਹੁੰਚ ਜੇ ਹੁਣ ਫੋਨ ਆਏ ਤਾਂ ਤੁਹਾਡੇ ਪਾਪਾ ਨਾਲ ਗੱਲ ਹੋਈ ਮਾਤਾ ਨਾਲ ਵੀ ਗੱਲ ਹੋਈ ਮਾਂ ਨਾਲ ਕੀ ਵਿਚਾਰ ਸਾਂਝਾ ਪਹਿਲੀ ਗੱਲ ਕਦੋਂ ਹੋਈ ਉੱਥੇ ਪਹੁੰਚ ਗਏ ਪਹਿਲੀ ਗੱਲ ਇਹ ਹੋਈ ਸਾਡੇ ਇੱਥੇ ਨਾਲ ਸ਼ਹਿਰ ਰਾਣੀਆਂ ਉਹਦੇ ਨਾਲ ਦੇ ਦੋ ਕਮੂਆਂ ਦੇ ਮੁੰਡੇ ਸੀ ਉਹ ਕਿਤੇ ਇੱਕ ਵਾਰੀ ਘਰੇ ਉਹਨਾਂ ਨੇ ਘਰ ਦੱਸਤਾ ਸੀ ਵੀ ਸਾਨੂੰ ਅੱਜ ਜਦੋਂ ਅਸੀਂ ਜੰਗਲਾਂ ਦੇ ਵਿੱਚ ਉਦੋਂ 12-13 ਦਿਨ ਰਹੇ ਜਦੋਂ ਸਲਵਾਕ ਪਹੁੰਚੇ ਸੀ ਉਦੋਂ ਪਹਿਲੀ ਵਾਰ ਗੱਲ ਹੋਈ ਸੀ ਵੀ ਰੋਟੀ ਨਹੀਂ ਮਿਲੀ ਉਹਨਾਂ ਨੇ ਫਿਰ ਜਦੋਂ ਘਰ ਆਪਦੇ ਘਰ ਦੱਸਿਆ ਘਰਦੇ ਉਹਦਾ ਡੈਡੀ ਆਪਣੇ ਘਰ ਆਇਆ ਉਹ ਕਹਿੰਦਾ ਯਾਰ ਵੀ ਸਰਦਾਰ ਜੀ ਵੀ ਆਪਣੇ ਬੱਚਿਆਂ ਰੋਟੀ ਨਹੀਂ ਮਿਲੀ ਆਪਾਂ ਜੰਟ ਕੋਲ ਚੱਲੀਏ ਚਲੋ ਪਾਪਾ ਜੀ ਨੇ ਗੇਟ 'ਚ ਵੀ ਮੋੜਤਾ ਕਹਿੰਦੇ ਤੂੰ ਗੱਲ ਨਾ ਕਰੀ ਸਾਡੇ ਘਰ ਵੀ ਬੁੜੀਆਂ ਜੋ ਵੀ ਇਮੋਸ਼ਨਲ ਲਾ ਲਓ ਜਾਂ ਕਿਵੇਂ ਵੀ ਹੈ ਉਹਨੇ ਜਾ ਕੇ ਘਰ ਆਪਣੇ ਦੱਸੀ ਮੇਰੀ ਮਾਤਾ ਅਤੇ ਮੇਰੀ ਭੈਣ ਇੱਕ ਦਿਨ ਸ਼ਹਿਰ ਗਏ ਬਾਜ਼ਾਰ ਉੱਥੇ ਉਹ ਜਿਹੜਾ ਉਹ ਮੇਰੇ ਨਾਲ ਦੇ ਮੁੰਡੇ ਉਹਨਾਂ ਡੈਡੀ ਸੀ ਉਹਨੇ ਉਹ ਕਿਹਾ ਕਹਿੰਦਾ ਵੀ ਆਹ ਭੈਣ ਜੀ ਹੋਰਾਂ ਦਾ ਬੇਟਾ ਵੀ ਉੱਥੇ ਹੀ ਹੈ ਰਸਤੇ 'ਚ ਉਹਦੀ ਮੁੰਡੇ ਦੀ ਮੰਮੀ ਨੇ ਸਿੱਧੇ ਹੀ ਕਿਹਾ ਤਾ ਕਹਿੰਦੀ ਵੀ ਦੂਸਰਾ ਆਪਣੇ ਬੱਚਿਆਂ ਨੂੰ ਨਾ ਰੋਟੀ ਨਹੀਂ ਮਿਲੀ ਪਤਾ ਨਹੀਂ ਹੁਣ ਮਿਲੀ ਕਿ ਨਹੀਂ ਮਿਲੇਗੀ ਬੀਬੀ ਮੇਰੀ ਤਾਂ ਭੈਣ ਇਹ ਬਾਜ਼ਾਰ 'ਚ ਨਹੀਂ ਗਈਆਂ ਉੱਥੋਂ ਹੀ ਅੱਡੇ ਤੋਂ ਵਾਪਸ ਮੁੜੀਆਂ ਘਰ ਆ ਗਈਆਂ ਘਰੋਂ ਆ ਕੇ ਅਤੇ ਜਦੋਂ ਮੇਰੀ ਸਲਵਾਕ ਤੋਂ ਬਾਅਦ ਤਾਂ ਫਿਰ ਸਾਡੀ ਗੱਲ ਹੋਣ ਲੱਗ ਪਈ ਸੀ ਫਿਰ ਜਦੋਂ ਮੇਰੀ ਤੀਜੇ ਦਿਨ ਗੱਲ ਹੋਈ ਫਿਰ ਮੈਨੂੰ ਸਿੱਧਾ ਹੀ ਮਾਤਾ ਨੇ ਹੀ ਕਿਹਾ ਕਹਿੰਦੀ ਸੱਚੋ ਸੱਚੀ ਦੱਸੀ ਮੈਂ ਕਿਹਾ ਹਾਂਜੀ ਕਹਿੰਦੀ ਰੋਟੀ ਖਾਧੀ ਨੂੰ ਕਿੰਨੇ ਦਿਨ ਹੋ ਗਏ ਉਹ ਮੈਂ ਕਿਹਾ ਵੀ ਆਹ ਤਾਂ ਕੋਈ ਨਾ ਕੋਈ ਗੱਲ ਹੈ ਮੇਰੇ ਤਾਂ ਇਹ ਤਾਂ ਹੈ ਹੀ ਨਹੀਂ ਸੀ ਵੀ ਇਹਨੇ ਦੱਸਿਆ ਉਹ ਬਾਅਦ ਵਿੱਚ ਮੈਂ ਮਾਤਾ ਦੋ ਪਰਸੋਂ ਖਾਧੀ ਸੀਗੀ ਕਹਿੰਦੀ ਪਰਸੋਂ ਨਹੀਂ ਕਹਿੰਦੀ ਤੁਹਾਨੂੰ 10-12 ਦਿਨ ਹੋ ਗਏ ਮੈਂ ਕਿਹਾ ਬੀਬੀ ਮੈਂ ਕਿਹਾ ਹੁਣ ਤੂੰ ਕਿਹੜਾ ਰੋਟੀ ਲੈ ਕੇ ਆ ਜਾਏਗੀ ਇੱਥੇ ਫਿਰ ਉਹ ਨਾਲੇ ਉਹ ਰੋਈ ਨਾਲੇ ਸਾਰੇ ਰੋਏ ਮਾਂ ਆਪਣੇ ਪੁੱਤ ਨੂੰ ਪੁੱਛਦੀ ਨਾ ਬੜਾ ਭਾਵੁਕ ਪਲ ਹੁੰਦਾ ਇਹ ਫਿਰ ਇੰਨਾ ਭਿਆਨਕ ਦੁਆਰ ਦੇਖਿਆ ਫਿਰ ਉੱਥੇ ਚਲੋ ਉੱਥੇ ਪਹੁੰਚੇ ਇੰਨੇ ਹਾਲਾਤਾਂ ਨਾਲ ਲੜਦੇ ਲੜਦੇ ਮੁਸ਼ਕਿਲਾਂ ਨਾਲ ਪਹੁੰਚੇ ਹੀ ਉਸ ਧਰਤੀ 'ਤੇ ਪਹੁੰਚੇ ਫਿਰ ਤੁਸੀਂ ਕਿਹਾ ਕਿ ਦੋਸਤ ਨੇ ਅੱਗੋਂ ਬਾਂਹ ਫੜ ਲਈ ਇਹ ਵੀ ਸ਼ੁਕਰ ਸੀ ਕਿ ਉੱਥੇ ਕੋਈ ਹੈਗਾ ਸੀਗਾ ਤਾਂ ਅਗਲੇ ਨੇ ਬਾਂਹ ਫੜੀ ਤੁਹਾਡੀ ਫਿਰ ਉਸ ਤੋਂ ਬਾਅਦ ਜ਼ਿੰਦਗੀ 'ਚ ਇੱਕ ਚੇਂਜ ਵੀ ਆਉਂਦਾ ਹੈ ਬੜਾ ਸੋਹਣਾ ਤੁਸੀਂ ਉੱਥੇ ਰਹਿ ਕੇ ਆਏ ਹੋ ਕਿੰਨੇ ਸਾਲ ਦਾ ਸਫ਼ਰ ਤੁਹਾਡਾ ਉੱਥੇ ਦਾ ਮੈਂ ਫਿਰ ਮੈਂ 2008 'ਚ ਵਾਪਸ ਆਇਆ ਅਤੇ ਉੱਥੇ ਫਿਰ ਯਾਨੀ ਕਿ ਜੋ ਵੀ ਪ੍ਰੋਬਲਮਾਂ ਸੀ ਉਹ ਰਾਹ 'ਚ ਹੀ ਮੇਰੇ 'ਤੇ ਸਿਮਟ ਗਈਆਂ ਵੀ ਉੱਥੇ ਜਾ ਕੇ ਕਦੀ ਪ੍ਰੋਬਲਮ ਨਹੀਂ ਆਈ
दो नंबर दे विच रहिंदे रहे, स्टे ले लिया सी। फिर असीं उत्थों जिवें भी उत्थे सारे ही लैंदे आ हर जगह ते ही, ते उत्थों बाद दे विच काम करदे सुबह काम ते जाना शाम नूं घर, इन्नी क दौड़ रह गई सी। सुबह काम ते जाना शाम नूं घर, बाद च घरे भी फोन जदों होना पापा जी नाल, इन्हां ने कहना ठीक है। फिर सिस्टर दोवां दी मैरिज कीती आपदा, चलो जी जो लेना देना जटन सर, जो करजे होंदे आ पहली तां गल इक ही है, वो ला के पापा जी कहिंदे छड्ड परां आ जाओ। फिर आप 2008 दे विच वापस आदे बेबे बापू कोले आ गए। ओली गोद दा जिहड़ा नेगा वखरा हुंदा है ना, वो एवें सी ना, मैं भी एक पास जां तां कमाई कर लो जां मां प्यो नूं, मैं कहा भी कमाई भी कर ली, सारा काम भी हो गया, भी आप ये नहीं कहें भी नहीं। तो मैं कहा फिर हूँ एक चीज़ तो मैं रखी है सही, मैं पैसा तो सारी उम्र पई है, आप फिर सारा कुछ उत्थे उवें दा ही छड्ड के वापस बतना। फिर तुसी शेफ दी जॉब कीती, मैं तस्वीरां देख रही तुहाडियां है ना, ते तुसी फिर बनाना उत्थे सिखिया सीगा इत्थे कुछ आंदा सी? हाँ जी मैडम, उत्थे जाके हालात बहुत कुछ सिखा दिंदे आ, उत्थे जाके सारा पहला इंडियन रेस्टोरेंट ते काम करिया, बैंस का रेस्टोरेंट सी। फिर वो इंडियन अपने बंदे थोड़े जे इवें हुंदा भी ये बंदा दिहाड़ीदार ही है, तो वो तंग फिर एक इटालियन दे नाल सैट होगी, फिर वो उत्थे 7 साल वो लाए, 6 साल 8 महीने फिर उत्थे एक थां ते काम करिया। जदों ना असीं इन्ना भैड़ा समां देखिया होवे ना, असीं हुण जदों रात नूं कई वार सोईए ते एकदम सुपना जे तरब के उठीदा, कदी आ वी होया तुहाडे नाल? मैनूं उत्थे नींद आउंदी नहीं सी जी, कदी अलार्म नहीं सी वज्जन दित्ता कदी, ਸਵੇ ਇੱਥੇ ਆਵਾਜ਼ਾਂ ਮਾਰ ਕੇ ਘਰਦਿਆਂ ਨੇ ਠਾਉਣਾ, ਅਤੇ ਉੱਥੇ ਬਿਨਾਂ ਆਵਾਜ਼ ਤੋਂ ਉੱਠ ਖੜੀਦਾ ਸੀ ਸਾਰੇ ਇਕੱਲਾ, ਕਿਉਂਕਿ ਪਤਾ ਸਭ ਨੂੰ ਲੱਗਣ ਲੱਗ ਪਿਆ ਸੀ। ਕੁਛ ਤਾਂ ਪਿੰਡ ਦੇ ਵਿੱਚ ਵੀ ਇਹੋ ਜਿਹੀਆਂ ਉਦੋਂ ਹੋਣ ਲੱਗ ਪਈਆਂ ਸੀ, ਲੈ ਵੀ ਲੰਬੜਦਰਾ ਪਤਾ ਨਹੀਂ ਜਿਉਂਦਾ ਕਿ ਕਿਵੇਂ ਹੈ, ਵੀ ਆਪਾਂ ਭੋ ਪਾਠ ਪੂਠ ਕਰਾ ਦਈਏ ਜਾਂ ਕਿਵੇਂ। ਹਾਂਜੀ ਵੀ ਟਾਈਮ ਇਹੋ ਜਿਹੇ ਵੀ ਕਰਤੇ ਆਏ ਹੈ, ਪਰ ਚਲੋ ਜਿਵੇਂ ਵੀ ਇੱਕ ਆਸ ਉਮੀਦ 'ਤੇ ਹੀ, ਜਿਵੇਂ ਹੁਣ ਕਈ ਬੰਦੇ ਰਾਹ 'ਚ ਵੇਖੇ ਆ ਵੀ ਡੈੱਡ ਹੋਏ ਵੀ, ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਵੇਂ ਉਮੀਦਾਂ ਹੈ, ਪਰ ਉਹ ਤਾਂ ਜੋ ਉਹਨਾਂ 'ਤੇ ਨਿਬੜੀ ਅਤੇ ਜਾਂ ਜੋ ਜਿੰਨਾ ਕੁ ਅਸੀਂ ਵੇਖਿਆ। ਇੱਕ ਨਾ ਗੱਲ ਜਿਵੇਂ ਉਸ ਤੋਂ ਰਸਤੇ ਦੇ ਵਿੱਚ ਸੀਗੇ, ਇੱਕ ਮੁੰਡਾ ਵਿਚਾਰੇ ਦੀਆਂ ਉਂਗਲਾਂ ਗਲ ਗਈਆਂ, ਵੀ ਹਾਲਾਤ ਵੀ ਕਿਹੋ ਜਿਹੇ ਨਾਲ ਅਸੀਂ ਨਿਬੜਦੇ ਰਹੇ ਹਾਂ, ਸਾਰੇ ਅਸੀਂ ਭਾਈਚਾਰੇ ਦੇ ਤੌਰ 'ਤੇ ਹੀ ਉਹਦੀਆਂ ਉਂਗਲਾਂ ਗਲ ਗਈਆਂ ਪੈਰ ਦੀਆਂ, ਜਦੋਂ ਚੱਲਿਆ ਕਰੇ ਅਤੇ ਉਂਗਲਾਂ ਤੁਰਿਆ ਨਾ ਜਾਇਆ ਕਰੇ ਅਤੇ ਰੋਵੇ। ਉਹ ਕਹਿੰਦਾ ਵੀ ਇਹਨੂੰ ਮੈਨੂੰ ਕਹਿੰਦਾ ਇੱਥੇ ਛੱਡ ਦਿਓ, ਵੀ ਤੁਸੀਂ ਨਾ ਤੰਗ ਹੋਵੋ, ਕਿਉਂਕਿ ਉਹ ਤੁਰਦਾ ਨਹੀਂ ਸੀ, ਉਹਨੂੰ ਅਸੀਂ ਨਾਲ ਰਲਾਉਣ ਦੇ ਮਾਰੇ ਇੱਕ ਦੋਵਾਂ ਦੇ ਕੁੱਟ ਵੀ ਪੈ ਗਈ ਸੀ ਮਾਫੀ ਵਾਲਿਆਂ ਕੋਲੋਂ। ਅਤੇ ਅਸੀਂ ਜਦੋਂ ਐਵੇਂ ਕਰਿਆ ਤਾਂ ਸਾਡੇ ਨਾਲ ਜਿਹੜੇ ਉਹ ਫੌਜੀ ਸੀਗੇ, ਕਿਉਂਕਿ ਮਿਲਟਰੀ ਵਾਲਿਆਂ ਦਾ ਇਹ ਕੰਮ ਹੁੰਦਾ ਵੀ ਉਹਨਾਂ ਨੇ ਹਰ ਟਾਈਮ 'ਚੋਂ ਗੁਜ਼ਰੇ ਹੁੰਦੇ ਆ, ਉਹਨੇ ਕਿਹਾ ਵੀ ਆਪਾਂ ਬੰਦਾ ਕਿਵੇਂ ਕਰੀਏ, ਅਸੀਂ ਸਾਰਿਆਂ ਨੇ ਇਹ ਸਲਾਹ ਕਰੀ ਵੀ ਬੰਦਾ ਨਹੀਂ ਛੱਡਣਾ ਗਾ। ਅਤੇ ਮਾਫੀ ਵਾਲੇ ਕਹਿੰਦੇ ਵੀ ਇੱਥੇ ਨਾ ਗੱਡੀ ਆਊਗੀ ਅਤੇ ਉਹ ਇਹਨੂੰ ਲੈ ਆਊਗੀ। ਅਤੇ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਅਸੀਂ ਆਖਿਆ ਵੀ ਯਾਰ ਆਪਾਂ ਨੂੰ ਅੱਜ ਇੰਨੇ ਦਿਨ ਹੋ ਗਏ, ਆਪਾਂ ਰਸਤਾ ਹੀ ਨਹੀਂ ਕੋਈ ਵੇਖਿਆ ਵੀ ਗੱਡੀ ਆਊ ਕਿੱਥੇ। ਫਿਰ ਉਹ ਜਿਹੜਾ ਫੌਜੀ ਬੰਦਾ ਸੀ ਉਹਨੇ ਫਿਰ ਕਿਹਾ, ਕਹਿੰਦਾ ਵੀ ਤੁਸੀਂ ਡੰਡੇ ਲਿਆਓ। ਫਿਰ ਅਸੀਂ ਜੰਗਲ ਦੇ ਵਿੱਚੋਂ ਡੰਡੇ ਲੱਭੇ, ਉਹਨਾਂ ਨੂੰ ਆਹ ਬਿਲਕੁਲ ਟਾਣੀਆਂ ਹੀ ਨਾਲ ਬੰਨਿਆ, ਬੰਨ ਕੇ ਅਤੇ ਉਹਦੇ ਇੱਥੋਂ ਪਾਇਆ ਦੋਨਾਂ ਪਾਸੇ, ਦੋ ਅੱਗੇ ਦੋ ਪਿੱਛੇ। ਅਸੀਂ ਉਸ ਬੰਦੇ ਨੂੰ ਚੱਕ ਕੇ ਇੱਕ ਹਫ਼ਤਾ ਲਈ ਫਿਰਦੇ ਰਹੇ। ਉਹਨੂੰ ਅਸੀਂ ਇਹ ਕਿਹਾ ਵੀ ਤੂੰ ਪੈਰ ਥੱਲੇ ਲਾ ਰੱਖਣੇ ਹੈ ਅਤੇ ਤੂੰ ਵੀ ਚੱਕ ਕੇ ਧਰਨੇ ਨਹੀਂ ਗੇ। ਅਤੇ ਉਹ ਬੰਦਾ ਵਿਚਾਰਾ ਚਾਹੇ ਜਿਵੇਂ ਵੀ ਕਰਕੇ ਅਸੀਂ ਇੱਕ ਹਫ਼ਤੇ ਬਾਅਦ ਉਸ ਨੂੰ ਘਰ ਉੱਥੇ ਕਮਰੇ ਦੇ ਵਿੱਚ ਪਹੁੰਚਾਇਆ। ਜਦੋਂ ਕਮਰੇ 'ਚ ਪਹੁੰਚਿਆ ਤਾਂ ਸਾਰੇ ਜਣੇ ਨੇ ਉਹਦਾ ਸੁੱਖ ਦਾ ਸਾਹ ਲਿਆ, ਨਾਲੇ ਉਹ ਵਿਚਾਰਾ ਵੀ ਨਾਲੇ ਰੋਵੇ ਨਾਲੇ ਕਵੇ ਯਾਰ ਮੈਂ ਉੱਥੇ ਰਹਿ ਜਾਂਦਾ ਤਾਂ, ਕਿਉਂਕਿ ਅਸੀਂ ਲਾਸ਼ ਪਹਿਲਾਂ ਪਿੱਛੇ ਵੇਖ ਹੀ ਆਏ ਸੀ। ਫਿਰ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਇਵੇਂ ਜਿਹੇ ਹੋ ਗਿਆ ਵੀ ਇਹ ਹਾਲਾਤ ਕਿਸੇ ਨਾਲ ਵੀ ਹੋ ਸਕਦੇ ਹੈ, ਵੀ ਕੋਈ ਵੱਡੀ ਗੱਲ ਨਹੀਂ ਗੀ ਇਹ। ਫਿਰ ਸਾਰੇ ਇੱਕ ਦੂਜੇ ਦਾ ਦੁੱਖ ਦਰਦ ਸਾਰੇ ਜਾਣਦੇ ਸੀਗੇ। ਉਹਨਾਂ ਵਿੱਚੋਂ ਕੋਈ ਮੁੰਡਾ ਜਰਮਨ ਦੇ ਵਿੱਚ ਮਿਲਿਆ ਤੁਹਾਨੂੰ ਕਦੇ? ਹਾਂਜੀ ਦੋ ਜਣੇ ਮਿਲੇ ਹੈ, ਅਤੇ ਪਰ ਇੱਕ ਬੰਦਾ ਤਾਂ ਐਵੇਂ ਮਿਲਿਆ, ਨਾਲੇ ਵੇਖੋ ਮੈਂ ਟ੍ਰੇਨ ਦੇ ਵਿੱਚ ਬੈਠਾ ਜਾਂਦਾ ਸੀ, ਉਹ ਸਟੇਸ਼ਨ 'ਤੇ ਖੜ੍ਹਾ ਸੀ। ਉਸਨੇ ਕੀ ਕਰਿਆ ਵੀ ਜਿਹੜੀ ਮੇਰੇ ਤੋਂ 5 ਮਿੰਟਾਂ ਬਾਅਦ ਟ੍ਰੇਨ ਆਉਣੀ ਸੀ ਨਾ, ਉਹ ਬੱਸ ਆਉਣੀ, ਬੱਸ 'ਤੇ ਸੀਗਾ ਉਹ, ਬੱਸ ਦੇ ਵਿੱਚ ਦੁਬਾਰਾ ਚੜ੍ਹ ਕੇ ਅਤੇ ਉਹ ਟ੍ਰੇਨ ਦੇ ਪਿੱਛੇ ਹੀ ਆ ਗਿਆ। ਉਹ ਕੁਦਰਤੀ ਕਹਿੰਦਾ ਵੀ ਮੈਂ ਤਾਂ ਵੈਸੇ ਹੀ ਉੱਤਰ ਗਿਆ ਇੱਥੇ, ਉਹ ਉੱਤਰ ਕੇ ਅਤੇ ਜਦੋਂ ਮੈਂ ਤੁਰਿਆ ਜਾਂਦਾ ਸੀਗਾ ਤਾਂ ਉਹਨੇ ਵੇਖ ਲਿਆ ਵੀ ਉਹਦੇ ਵੀ ਬੈਠੇ 'ਤੇ ਮੇਰੇ ਬਲੂ ਰੰਗ ਦਾ ਕੋਟ ਪਾਇਆ ਸੀ, ਅਤੇ ਮੈਂ ਬਾਜ਼ਾਰ ਵਿੱਚ ਤੁਰਿਆ, ਮੈਂ ਉਹਦੇ ਕੰਮ ਨੂੰ ਜਾ ਰਿਹਾ ਸੀ। ਉਹਨੇ ਪਿੱਛੋਂ ਮੈਨੂੰ ਇੱਕ ਆਵਾਜ਼ ਮਾਰੀ ਮਾੜੀ ਜੀ, ਵੀ ਜਿਵੇਂ ਮੰਨ ਲਓ ਬੰਦਾ ਵੈਸੇ ਤਾਂ ਉੱਥੇ ਬਹੁਤ ਛੇਤੀ ਨਹੀਂ, ਪਰ ਉਹਨੇ ਕਿਹਾ ਬਰਾੜ ਹੋਏ। ਜਦੋਂ ਬੰਦਾ ਬੰਦੇ ਦਾ ਨਾਂ ਸੁਣਦਾ ਹੈ, ਅਤੇ ਮੈਂ ਜੀ ਪਿੱਛੇ ਮੁੜ ਕੇ ਵੇਖਿਆ, ਮੈਂ ਕਿਹਾ ਓਏ ਮੈਂ ਤੂੰ ਹੋਏ। ਮੈਡਮ ਕਸਮ ਨਾਲ ਦੋਵੇਂ ਐਂ ਰੋਏ ਵੀ ਜਿਵੇਂ ਦੋ ਭਰਾ ਮਰੇ, ਵੀ ਮਰ ਕੇ ਦੁਬਾਰਾ ਜਿਉਂਦੇ ਹੋ ਕੇ ਵਿਛੜੇ ਮਿਲੇ ਹੋਣ ਆਪਸ ਦੇ ਵਿੱਚ। ਉਹ ਬੰਦਾ ਬਾਅਦ 'ਚ ਮੇਰੇ ਕੋਲ ਰਿਹਾ 3 ਦਿਨ,
ਮੈਂ ਹੋਏ ਤੂੰ ਕੰਮ 'ਤੇ ਨਹੀਂ ਜਾਣਾ, ਕਹਿੰਦਾ ਦਫਾ ਕਰ, ਕਹਿੰਦਾ ਜੇ ਜੰਗਲ 'ਚ ਰਹਿ ਜਾਂਦੇ ਕਹਿੰਦਾ ਫਿਰ ਕਿਹਨੇ ਕੰਮ ਕਰਨਾ ਸੀ, ਵੀ ਇਵੇਂ ਦੇ ਬੰਦੇ ਵੀ ਇੱਕ ਇੱਕ ਹੀ ਮਿਲਿਆ ਸੱਠ ਵਾਹਠ ਜਾਣਿਆਂ ਦੇ ਵਿੱਚ। ਅਤੇ ਉਹ ਵਿਚਾਰਾ ਵੀ ਮੇਰੇ ਕੋਲ ਫਿਰ ਕਈ ਜਦੋਂ ਵੀ ਮਿਲਦਾ ਜਦੋਂ ਵੀ ਆ ਜਾਣਾ ਉਹਨੇ ਮੇਰੇ ਕੋਲ ਹੋ ਕੇ ਜਾਣਾ, ਉਹਨੇ ਕਹਿਣਾ ਨਹੀਂ ਯਾਰ, ਕਹਿੰਦਾ ਘਰ ਵਾਲੇ ਤਾਂ ਪਿੱਛੇ ਭਰਾ ਰਹਿ ਗਏ ਪਰ ਕਹਿੰਦਾ ਹੁਣ ਆਪਾਂ ਹੀ ਹੈ। ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਅਸੀਂ ਵਿਦੇਸ਼ ਭੇਜਣਾ ਹੈ, ਹੈ ਨਾ, ਕਿਵੇਂ ਦੀ ਸਲਾਹ ਦਿਓਗੇ ਉਹਨਾਂ ਨੂੰ ਕਿਵੇਂ ਜਾਣ? ਵੇਖੋ ਜੀ ਹੁਣ ਤਾਂ ਟਾਈਮ ਵੀ ਬੜਾ ਚੇਂਜ ਹੋ ਗਿਆ ਜੀ, ਆਈਲੈਟਸ ਕਰੋ, ਪੜ੍ਹਾਈ ਕਰੋ। ਦੂਜੀ ਗੱਲ ਜਿਹੜੇ ਉੱਥੇ ਜਾ ਕੇ ਹੁਣ ਜਿਵੇਂ ਲੜਦੇ ਆ ਭਿੜਦੇ ਆ, ਇਹ ਤਾਂ ਕੋਈ ਬੰਦਿਆਂ ਵਾਲਾ ਤਾਂ ਕੰਮ ਹੀ ਹੈ ਨਹੀਂ ਗਾ ਇਹ, ਜੇ ਲੜਨਾ ਭਿੜਨਾ ਇੱਥੇ ਕਰ ਲਓ। ਦੂਜੀ ਗੱਲ ਉੱਥੇ ਜਾ ਕੇ ਕਰਨਾ ਤਾਂ ਕੰਮ ਹੈ, ਜਾਣਾ ਤਾਂ ਪੈਸੇ ਕਮਾਉਣਾ ਹੈ, ਅਤੇ ਤੁਸੀਂ ਉੱਥੇ ਜਾ ਕੇ ਆਕੜਾਂ ਕਾਹਦੀਆਂ ਕਰਦੇ ਹੋ? ਇਹ ਜਿਹੜਾ ਵੀ ਕੋਈ ਬੰਦਾ ਜਾਂਦਾ ਹੈ ਉੱਥੇ ਲੇਬਰ ਹੈ, ਇਸ ਗੱਲ ਤੋਂ ਤਾਂ ਕੋਈ ਵੀ ਇਹ ਬੰਦਾ ਇਹ ਨਹੀਂ ਕਹਿ ਸਕਦਾ ਗਾ ਵੀ ਅਸੀਂ ਉੱਥੇ ਜਾ ਕੇ ਸਰਦਾਰ ਹੈ। ਸਰਦਾਰੀ ਰਹਿ ਜਾਂਦੀ ਜਹਾਜ਼ ਤੋਂ ਇੱਧਰ, ਜਦੋਂ ਜਹਾਜ਼ ਉੱਤਰ ਗਏ ਜਹਾਜ਼ ਚੜ੍ਹਦਿਆਂ ਦੀ ਹੋਰ ਕਹਾਣੀ ਹੁੰਦੀ ਹੈ, ਡਾਇਰੈਕਟ ਵਾਲਿਆਂ ਦੀ ਉੱਤਰਦਿਆਂ ਦੀ ਹੋਰ ਕਹਾਣੀ ਹੈ, ਸਭ ਰਿਸ਼ਤੇਦਾਰ ਗਏ ਹੈ, ਉਹ ਜਾ ਕੇ ਜਦੋਂ ਹੁਣ ਉੱਥੋਂ ਦੱਸਦੇ ਆ ਫਿਰ ਉਦੋਂ ਉਹਨੂੰ ਆਖੀਦਾ ਵੀ ਕਿਵੇਂ ਹੋ, ਫਿਰ ਅਗਲਾ ਦੱਸਦਾ ਨਹੀਂ ਬਹੁਤ ਫਰਕ ਹੈ। ਅਤੇ ਪਰ ਇਹ ਵੀ ਜਿਹਨੇ ਜਾਣਾ ਹੈ ਤਾਂ ਇੱਕ ਨੰਬਰ 'ਚ ਜਾਓ, ਨਾਲੇ ਜਾ ਕੇ ਆਪਦਾ ਕੰਮ ਕਾਰ ਕਰੋ ਨਾ ਕਿ ਲੜਾਈ ਪੜ੍ਹਾਈ। ਅਤੇ ਰਾਹ ਬਹੁਤ ਹੈ, ਇਹ ਤਾਂ ਹੈ ਨਹੀਂ ਕਿ ਤਰੱਕੀ, ਹਰ ਬੰਦਾ ਚਾਹੁੰਦਾ ਵੀ ਮੇਰੀ ਤਰੱਕੀ ਹੋਵੇ, ਨਹੀਂ ਤਾਂ ਰੋਟੀ ਪਾਣੀ ਜੋਗਾ ਹਰ ਬੰਦਾ ਆਪਦੇ ਘਰੋਂ ਕਰੀ ਸਾਰਾ ਪੂਰਾ ਹੈ। ਹਾਂਜੀ ਹੁਣ ਕਦੀ ਐਂ ਤਾਂ ਨਹੀਂ ਹੋਇਆ ਕਿ ਚਲੋ ਆਪਾਂ ਕੈਨੇਡਾ ਕਨੇਡਾ ਨੂੰ ਗੇੜਾ ਮਾਰ ਲਈਏ ਕਿ ਡਰ ਲੱਗਦਾ ਹੁਣ ਬਾਹਰ ਦੇ ਨਾਮ ਤੋਂ ਹੀ? ਨਹੀਂ ਡਰ ਤਾਂ ਨਹੀਂ ਲੱਗਦਾ ਜੀ, ਪਰ ਹੁਣ ਐਵੇਂ ਪਰਿਵਾਰ ਦੇ ਵਿੱਚ ਰੁੱਝੇ ਹੈ, ਮਾਂ ਪਿਓ ਬਜ਼ੁਰਗ ਹੈ, ਹੁਣ ਜਾਣ ਦਾ ਨਹੀਂ ਕੋਈ ਬਣਦਾ ਗਾ। ਅਤੇ ਨਾਲੇ ਦੂਜੀ ਗੱਲ ਹੈ ਜੀ, ਦੇਖ ਆਏ ਹੈ, ਕੋਈ ਓਹਲਾ ਰਹਿ ਨਹੀਂ ਗਿਆ ਗਾ ਕਿਸੇ ਤਰ੍ਹਾਂ ਦਾ ਵੀ, ਅਤੇ ਹੁਣ ਆਪਦਾ ਘਰ ਦੇ ਵਿੱਚ ਮਸਤ ਹੈ, ਕੰਮ ਕਰੀਦਾ, ਖੇਤੀਬਾੜੀ ਕਰਦੇ ਹਾਂ ਅਤੇ ਖੁਸ਼ ਹੈ। ਤੁਸੀਂ ਆਪਣੀ ਜ਼ਬਾਨੀ ਉਹਨਾਂ ਨੂੰ ਕਹੋ ਜਿਹੜੇ ਕਈ ਕਈ ਮੁੰਡੇ ਕਹਿੰਦੇ ਕਿ ਅਸੀਂ ਡੋਂਕੀ ਲਾ ਕੇ ਚੱਲ ਜਾਵਾਂਗੇ, ਥੋੜ੍ਹਾ ਪੈਸਾ ਸਾਡੇ 'ਤੇ ਖਰਚ ਕਰੋ, ਸਾਡਾ ਐਂ ਨਹੀਂ ਬਣਦਾ, ਅਸੀਂ ਐਂ ਬਣਾ ਲਾਂਗੇ, ਪਰ ਉਹ ਤਕਲੀਫ ਕਿੰਨੀ ਤੁਸੀਂ ਦੇਖ ਲਿਓ, ਸਾਰਿਆਂ ਨੇ ਸੁਣ ਵੀ ਲਿਆ ਹੋਏਗਾ, ਥੋੜ੍ਹਾ ਜਿਹਾ ਆਪਣੀ ਜ਼ਬਾਨੀ ਜ਼ਰੂਰ ਕਹੋ ਨਾ ਵੀਰੋ। ਜਿਹੜਾ ਵੀ ਕੋਈ ਡੋਂਕੀ ਲਾ ਕੇ ਸੋਚਦਾ ਵੀ ਮੈਂ ਕਿਤੇ ਵੀ ਡੋਂਕੀ ਲਾ ਕੇ, ਬਾਈ ਚਾਂਸ ਕੁਛ ਵੀ 19-21 ਹੋ ਗਈ ਪਿੱਛੇ, ਪਹਿਲਾਂ ਉਹਦਾ ਘਰਦਿਆਂ ਦਾ ਸੋਚ ਕੇ ਡੋਂਕੀ ਵਾਲੀ ਗੱਲ ਕਰਿਓ, ਉਸ ਤੋਂ ਪਹਿਲਾਂ ਤਾਂ ਤੁਸੀਂ ਬੇਸ਼ੱਕ ਪੈਸੇ ਬਚਾ ਲਓਗੇ, ਪਰ ਜੇ ਤੁਹਾਡੀ ਲਾਈਫ ਹੀ ਨਾ ਰਹੀ ਤਾਂ ਪੈਸੇ ਤੁਹਾਡੇ ਕਿਸੇ ਕੰਮ ਨਹੀਂ ਆਉਣੇ, ਘਰਦਿਆਂ ਨੇ ਤਾਂ ਵੇਖੋ ਜੀ ਬਚਾਏ ਤੁਹਾਨੂੰ ਵੀ ਦੇਣੇ ਹੈ, ਚਾਹੇ ਜਿਵੇਂ ਵੀ ਬਹੁਤ ਕੰਮ ਆ ਜਿਹੜੇ ਅੱਜ ਕੱਲ੍ਹ ਹੁਣ ਇੱਕ ਨੰਬਰ 'ਚ ਹੋਈ ਜਾਂਦੇ, ਅਤੇ ਡੋਂਕੀ ਵਾਲਾ ਤਾਂ ਬਈ ਨਾ ਹੀ ਕਰੋ ਕੋਈ, ਅਤੇ ਨਾ ਹੀ ਕੋਈ ਇਸਦਾ ਕੋਈ ਫਾਇਦਾ। ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਹੈ ਔਰ ਉਸ ਕਹਾਣੀ ਨੂੰ ਲੈ ਕੇ ਆਏ। ਇੱਕ ਇਹ ਇਹ ਮਕਸਦ ਸਾਡਾ ਇਹੀ ਸੀ ਦਿਖਾਉਣ ਦਾ ਕਿ ਜਿਹੜੇ ਬਾਕੀ ਵੀ ਆ ਬਾਹਰ ਜਾਣ ਦੇ ਚਾਹਵਾਨ ਨੇ, ਪਰ ਜੇ ਜਾਣਾ ਚਾਹੁੰਦੇ ਨੇ ਤਾਂ ਚੰਗੇ ਨੰਬਰ 'ਚ ਇੱਕ ਨੰਬਰ 'ਚ ਜਾਣ, ਔਰ ਏਜੰਟਾਂ ਨੂੰ ਵੀ ਸਲਾਹ ਆ ਕਿ ਭਾਈ ਕਿਸੇ ਦੇ ਬੱਚਿਆਂ ਦੇ ਨਾਲ ਇਹੋ ਜਿਹਾ ਨਾ ਕਰਿਆ ਕਰੋ ਕਿ ਕੋਈ ਬੱਚੇ ਵੀ ਮਾਂ ਪਿਓ ਪਤਾ ਨਹੀਂ ਕਿੱਦਾਂ ਪੈਸਾ ਲਾ ਕੇ ਭੇਜਦਾ ਹੈਗਾ, ਹੈ ਨਾ। ਸੋ ਬਹੁਤ ਧੰਨਵਾਦ ਜੀ ਸਮਾਂ ਸਾਂਝਾ ਕਰਨ ਦਾ। ਠੀਕ ਹੈ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਇਹ ਕਹਾਣੀ ਸਵਰਨਜੀਤ ਸਿੰਘ ਹੋਣਾ ਦੀ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ ਜਿਹੜੇ ਬਾਹਰ ਜਾਣ ਦੇ ਚਾਹਵਾਨ ਨੇ, ਪਰ ਉਹਨਾਂ ਤਾਈਂ ਇਹ ਕਹਾਣੀ ਜ਼ਰੂਰ ਪਹੁੰਚਾਇਓ ਕਿ ਜਿਹੜੇ ਏਜੰਟ ਨੇ ਕਮ ਸੇ ਕਮ ਉਹਨਾਂ ਅੱਗੇ ਇੱਕ ਦਰਖਾਸਤ ਕਿ ਭਾਈ ਤੁਸੀਂ ਇਹੋ ਜਿਹੇ ਕਾਰੇ ਨਾ ਕਰਿਆ ਕਰੋ। ਪਤਾ ਨਹੀਂ ਇੱਕ ਮਾਂ ਪਿਓ ਆਪਣੇ ਬੱਚਿਆਂ ਦੇ ਲਈ ਆਪਣੀਆਂ ਜ਼ਮੀਨਾਂ ਗਹਿਣੇ ਰੱਖਦਾ, ਕੋਈ ਵੇਚ ਹੀ ਦਿੰਦਾ ਹੈ, ਕੋਈ ਕਿਸ ਤਰੀਕੇ ਨਾਲ ਪੈਸੇ ਇਕੱਠੇ ਕਰਦਾ ਹੈ, ਪਰ ਜੇ ਤੁਹਾਡੀ ਇੱਕ ਗਲਤੀ ਉਸਦੇ ਪਰਿਵਾਰ ਦੀ ਉਸ ਬੱਚੇ ਦੀ ਜ਼ਿੰਦਗੀ ਖਤਮ ਕਰ ਦਿੰਦੀ ਹੈ। ਖੌਰੇ ਕਿੰਨੀਆਂ ਮਾਵਾਂ ਅੱਜ ਆਪਣੇ ਪੁੱਤਾਂ ਨੂੰ ਉਡੀਕਦੀਆਂ ਹੋਣਗੀਆਂ, ਪਰ ਉਹ ਇੱਕ ਉੱਥੇ ਹੀ ਉਹਨਾਂ ਜੰਗਲਾਂ ਦੇ ਵਿੱਚ ਹੀ ਪਿੰਜਰ ਬਣ ਕੇ ਖਤਮ ਹੋ ਗਏ ਨੇ। ਨਵੀਂ ਕਹਾਣੀ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਸਹਿਯੋਗੀ ਕ੍ਰਿਸ਼ਨਾ ਦੇ ਨਾਲ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ।